ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਲੱਗ ਰਿਹਾ ਕਿ ਸਾਡੀਆਂ ਜ਼ਮੀਨਾਂ অলরেਡੀ ਸਾਨੂੰ ਲੱਗ ਰਿਹਾ ਕਿ ਉਹਨਾਂ ਨੂੰ ਲੱਗਦਾ ਪਿਆ ਕਿ ਕਬਜ਼ਾ ਹੋ ਰਿਹਾ ਆ ਸੋ ਉਸ ਵਾਸਤੇ ਕੋਈ ਸਪੈਸ਼ਲ ਕੈਟਾਗਰੀ ਹੈਗੀ ਇੰਡੀਆ ਦਾ ਹੀ ਭਰਾ ਜਿਹੜੇ ਆਪਣੇ ਮਾਤਰਪੂਮੀ ਨੂੰ ਛੱਡ ਗਏ ਹਰੇਕ ਵਰਲਡ ਦੇ ਵਿੱਚ ਬਸੇ ਹੋਏ ਆ ਜਿੱਦਾਂ ਆਪਾਂ ਵੀ ਆਏ ਹੋਏ ਆ ਇੱਥੇ ਉਹਨਾਂ ਨੂੰ ਇਹ ਹੁੰਦਾ ਆ ਕਿ ਜਿਹੜੀ ਉਹਨਾਂ ਦੀ ਜੱਦੀ ਜ਼ਮੀਨ ਆ ਸੋ ਉਹ ਆਪਣੇ ਜਿਹੜੇ ਉਹਨਾਂ ਦੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਕਿਦਾਂ ਉਹ ਜਿੱਦਾਂ ਹੁਣ ਉੱਥੇ ਸਿਟੀਜ਼ਨ ਲੈ ਲੈਂਦੇ ਜਾ ਕੇ ਹੋਰ ਕੰਟਰੀ ਦੇ ਵਿੱਚ ਤੇ ਉਹ ਕਿਦਾਂ ਨਾਮ ਉਹਨਾਂ ਮਤਲਬ ਕਿ ਜਿਹਦੇ ਮੇਨ ਜਿੱਦਾ ਕਿ ਇਹ ਜਿਨ੍ਹਾਂ ਨੇ ਜ਼ਮੀਨ ਵਸੀਤ ਜਿਹਦਾ ਕਰਾਣੀ ਆ ਆਪਣੇ ਨਿਆਣੇ ਦੇ ਨਾਲ ਗਾਹਾਂ ਸੋ ਜਿੱਦਾਂ ਉਹਨਾਂ ਦੇ ਜਿੱਦਾਂ ਹੁਣ ਫੈਮਿਲੀ ਜਿੱਦਾਂ ਉਹਦੇ ਦੋ ਨਿਆਣੇ ਆ ਜਿੱਦਾਂ ਬਟ ਉਹ ਸੋਚਦਾ ਬਹਿ ਗਿਆ ਮੈਂ ਇੱਕ ਨੂੰ ਦੇਵਾ ਤੇ ਉਹਦੇ ਨਾਂ ਤੇ ਵਸੀਤ ਆ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਆਪ ਜੀ ਦੇ ਵਾਸਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਬਾਟੇ ਦਾ ਜਿਹੜਾ ਟੌਪਿਕ ਆ ਡਿਫਰੈਂਟ ਆ ਜੋ ਕਿ ਐਨ ਆਰ ਆਈ ਭਰਾ ਜਿਹੜੇ ਆਪਣੇ ਹੈਗੇ ਆ ਸੋ ਜੋ ਆਲਰੇਡੀ ਇੰਡੀਆ ਦੇ ਵਿੱਚ ਵੀ ਆਂਦੇ ਪਏ ਉਹਨਾਂ ਦੀ ਜਿਹੜੇ ਉਹਨਾਂ ਦੇ ਕੁਐਸਚਨ ਆ ਕਾਫੀ ਜ਼ਿਆਦਾ ਵਧੀਆ ਮਹੱਤਵਪੂਰਨ ਆਨਸਰ ਅੱਜ ਆਪਾਂ ਲੈਣੇ ਆ ਸਰ ਹੁਣਾਂ ਤੋਂ ਸਰੋਣੀ ਆਏ ਆਪਣੇ ਸਟੂਡੀਓ ਦੇ ਵਿੱਚ ਸੋ ਸਰ ਉਹਨਾਂ ਦਾ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਸੋ ਸਰ ਜੀ ਆਪ ਜੀ ਦੱਸਿਓ ਆਪਣਾ ਨਾਮ ਤੇ ਪਰਿਚੇਅ ਦੋ ਆਪਣਾ ਹਾਂ ਮੇਰਾ ਨਾਮ ਕਸ਼ਮੀਰ ਸਿੰਘ ਜਿਹੜਾ ਪਿੰਡ ਬਿਸ਼ੌੜੀ ਹੈ ਤਹਿਸੀਲ ਬਲਾਚੌਰ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਜੀ 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 ਹਾਂਜੀ ਸੋ ਆਪ ਜੀ ਇਹ ਵੀ ਦੱਸੋ ਨਾਲ ਦੇ ਨਾਲ ਕਿ ਆਪ ਜੀ ਨੇ ਕਿੱਥੇ ਕਿੱਥੇ ਆਪਣੇ ਮਤਲਬ ਕਿ ਜਿਹੜਾ ਕੰਮ ਦਾ ਟਾਈਮ ਸੀਗਾ ਜਿੱਦਾ ਕਿੱਥੇ ਕਿੱਥੇ ਆਪ ਜੌਬਸ ਵਗੈਰਾ ਕੀਤੀਆਂ ਮੈਂ ਤਹਿਸੀਲ ਬਲਾਚੌਰ ਵਿੱਚ ਜੀ 32 ਸਾਲ ਪਟਵਾਰ ਹੀ ਹਾਂ ਜੀ ਹਾਂਜੀ ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋਈ 17 ਵਿੱਚ ਠੀਕ ਆ ਫੇਰ ਮੈਂ 17 ਤੋਂ ਲੈ ਕੇ 21 ਤੱਕ ਬਤੌਰ ਕਨਗੂ ਬੰਗਾ ਤਹਿਸੀਲ ਵਿੱਚ ਬੰਗਿਆ ਤਹਿਸੀਲ ਪਾਕਿਸਤਾਨ ਦੇ ਸ਼ਹੀਦ ਭਗਤ ਸਿੰਘ ਨਾਲ ਜੋ ਕਿ ਅੱਜ ਕੱਲ ਹਾਂਜੀ ਬਾਦਲ ਸਾਹਿਬ ਨੇ ਚੇਂਜ ਕਰ ਦਿੱਤਾ ਸੀ ਹਾਂਜੀ ਹਾਂਜੀ ਸਾਡੇ ਜਿਹੜੇ ਸੀਗੇ ਉੱਥੇ ਬਤੌਰ ਫਿਰ ਮੈਂ 221 ਕਿਲੋਮੀਟਰ ਰਟਾਇਰ ਹੋ ਗਿਆ 221 ਕਿਲੋਮੀਟਰ ਰਟਾਇਰ ਹੋ ਗਿਆ ਠੀਕ ਹੈ ਜੀ ਸੋ ਅੱਜ ਆਪਾਂ ਦੱਸੂਗੇ ਆ ਆਪ ਜੀ ਨੂੰ ਉਮੀਦ ਹੋ ਆ ਕੇ ਇਹ ਹੁਣ ਜਿਹੜੇ ਨੈਕਸਟ ਕੁਐਸਚਨ ਆਉਗੇ ਸੋ ਉਹਦੇ ਆਪ ਜੀ ਨੂੰ ਆਨਸਰ ਦਿੰਨੇ ਆ ਜਿਹੜੀ ਜਮ੍ਹਾਂ ਬੰਦੀ ਹੁੰਦੀ ਆ ਉਹ ਕੀ ਹੁੰਦੀ ਆ ਉਹਨੂੰ ਕਿੱਥੇ ਯੂਜ਼ ਕਰ ਸਕਦੇ ਆਪਾਂ ਇਹ ਰਿਟਰਮੈਂਟ ਕੰਡੀਸ਼ਨ ਆ ਉਹਦੀਆਂ ਕੀ ਹੁੰਦੀਆਂ ਆ ਨਹੀਂ ਉਹਦੀ ਕੋਈ ਕੰਡੀਸ਼ਨ ਨਹੀਂ ਹੁੰਦੀ ਉਹ ਜਮ੍ਹਾਂਬੰਦੀ ਜਿਹੜੀ ਹੈਗੀ ਆ ਉਹ ਕਿਸਾਨਾਂ ਦੀ ਮਾਲਕੀ ਜਿਹੜੀ ਹੈ ਜ਼ਿਮੀਂਦਾਰ ਦੀ ਉਹਦੇ ਵਿੱਚ ਮਾਲਕੀ ਦਰਜ ਹੁੰਦੀ ਹੈ ਕਿੰਨਾ ਇਹਦੀ ਜ਼ਮੀਨ ਹੈਗੀ ਹੈ ਕਿੰਨਾ ਇਹਦਾ ਹਿੱਸਾ ਆ ਨੰਬਰ ਖਸਰਾ ਠੀਕ ਹੈ ਉਹਦੇ ਵਿੱਚ ਸਾਰੀ ਉਹ ਚ ਦਰਜ ਹੁੰਦੀ ਹੈਗੀ ਆ ਉਹ ਜਿਸ ਕਿਤਾਬ ਵਿੱਚ ਦਰਜ ਹੁੰਦੀ ਹੈ ਉਹਨੂੰ ਜਮ੍ਹਾਂਬੰਦੀ ਕਹਿੰਦੇ ਆ ਮਤਲਬ ਬੁੱਕ ਦਾ ਨਾਮ ਆਉਂਦਾ ਹਾਂ ਜਿਹਦੇ ਉਹਨੂੰ ਨਕਲਾਂ ਤਿਆਰ ਕਰਦੇ ਆ ਉਹ ਆਪਾਂ ਫਰਦ ਕਹਿੰਦੇ ਨੇ ਫਰਦ ਉਰਦੂ ਦਾ ਲਫ਼ਜ਼ ਆ ਇਹ ਨਕਲ ਉਹਦੀ ਨਕਲ ਜਿਹੜੀ ਹੈਗੀ ਆ ਉਹ ਜ਼ਮਾਂਬੰਦੀ ਦੇ ਉੱਪਰੋਂ ਹੀ ਫਰਜ਼ ਜਿਹੜੀ ਬਣਦੀ ਹੈ ਜਿਹਦੇ ਵਿੱਚ ਉਹ ਉਸ ਜ਼ਿਮੀਂਦਾਰ ਦੀ ਮਾਲਕੀ ਦਰਸਾਉਂਦੀ ਹੈ ਕਿ ਕਿੰਨੀ ਤੇਰੀ ਜ਼ਮੀਨ ਹੈ ਕਿੰਨੀ ਮਾਲਕੀ ਹੈ ਠੀਕ ਹੈ ਜੀ ਉਹਨੂੰ ਜ਼ਮਾਂਬੰਦੀ ਕਹਿੰਦੇ ਜ਼ਮਾਂਬੰਦੀ ਲੋ ਜੀ ਆਪ ਜੀ ਨੂੰ ਮਿਲ ਗਿਆ ਇਹ ਸਵਾਲ ਦਾ ਆਨਸਰ ਜ਼ਮਾਂਬੰਦੀ ਸੋ ਆਪ ਜੀ ਨੂੰ ਜੇ ਕੋਈ ਆਪ ਜੀ ਦਾ ਕੋਈ ਕੁਐਸਚਨ ਹੈਗਾ ਤਾਂ ਉਹ ਆਪ ਜੀ ਨਾ ਮੈਸੇਜ ਦੇ ਵਿੱਚ ਲਿਖ ਦਿਓ ਤੇ ਆਪਾਂ ਨੈਕਸਟ ਬੋਡਕਾਸਟ ਕਰਾਂਗੇ ਉਹਦੇ ਵਿੱਚ ਵੀ ਆਪਾਂ ਸੋ ਆਪ ਜੀ ਨੂੰ ਉਹਦਾ ਆਨਸਰ ਦੇਵਾਂਗੇ ਸੋ ਮੇਰਾ ਜਿਹੜਾ ਨੈਕਸਟ ਕੁਐਸਚਨ ਸੀਗਾ ਉਹ ਹੈਗਾ ਇਹ ਆ ਕਿ ਤੇ ਤਕਸੀਮ ਕੀ ਹੁੰਦੀ ਤਕਸੀਮ ਹੁੰਦੀ ਹੈ ਜਿਵੇਂ ਹੁਣ ਜ਼ਿਮੀਦਾਰਾਂ ਦੇ ਜਿਹੜੇ ਹੈਗੇ ਆ ਮਸਤਰਕੇ ਖਾਤੇ ਹੁੰਦੇ ਆ ਮਸਤਰਕੇ ਖਾਤੇ ਜਿੱਦਾਂ ਪਹਿਲਾਂ ਚਲੋ ਇੱਕ ਮਾਲਕ ਸੀਗਾ ਉਹਦੇ ਗਾਹਾਂ ਬਰਾਸਤਾ ਚੱਲਦੀਆਂ ਨਹੀਂਆਂ ਹੋਰ ਅੱਗੇ ਮਾਲ ਇੱਕ ਤੋਂ ਵੱਧ ਮਾਲਕ ਚਾਰ ਵੀ ਹੋ ਸਕਦੇ ਪੰਜ ਵੀ ਹੋ ਜਿੱਦਾਂ ਜੁਆਇੰਟ ਫੈਮਿਲੀ ਹੋ ਗਈ ਜੁਆਇੰਟ ਫੈਮਿਲੀ ਹੋ ਗਏ ਹੋਰ ਕਿਸੇ ਫੈਮਿਲੀ ਨਾਲ ਵੀ ਹੋ ਸਕਦਾ ਵਿਚ ਹਿੱਸਾ ਚਾਚੇ ਤਾਂ ਆ ਜਾਂਦਾ ਹੁੰਦਾ ਜਾਂ ਕਿਸੇ ਨੇ ਵੇ ਲੈ ਲਈ ਉਹ ਵੀ ਵਿਚ ਮਾਲਕ ਆ ਗਿਆ ਉਹ ਮਸਤਰਕਾ ਖਾਤਾ ਹੋ ਗਿਆ ਉਦਾਂ ਜ਼ਮੀਨ ਨੂੰ ਮੌਕੇ ਤੇ ਵੰਡ ਲੈਂਦੇ ਆ ਪਰ ਕਾਗਜ਼ ਜਮ੍ਹਾਂਬੰਦੀ ਵਿੱਚ ਜਿਹੜੀ ਹੈ ਜਿੱਦਾਂ ਰਿਕਾਰਡ ਵਿੱਚ ਉਹ ਇਕੱਠੀ ਬੋਲਦੀ ਰਹਿੰਦੀ ਹੈ ਉਹ ਨੂੰ ਜ਼ਮੀਨ ਨੂੰ ਅਲੱਗ ਕਰਨ ਲਈ ਜ਼ਮੀਨ ਦੀ ਜਿਹੜੀ ਵੰਡ ਹੈ ਉਹ ਅਲੱਗ ਕਰਨ ਲਈ ਇੱਕ ਕੇਸ ਕੀ ਕੀਤਾ ਜਾਂਦਾ ਜਾਂ ਖਾਨ ਦੀ ਤਕਸੀਮ ਜਿਹੜੀ ਹੁੰਦੀ ਹੈ ਸਹਿਮਤੀ ਨਾਲ ਵੰਡਵੇ ਆ ਕਿੱਲਾ ਮੈਂ ਲੈ ਲਿਆ ਆ ਕਿੱਲਾ ਤੈਨੂੰ ਦੇਤਾ ਭਾਈ ਆ ਕਿੱਲਾ ਜਿਹੜਾ ਤੈਨੂੰ ਦੇਤਾ ਇਹ ਤੇਰਾ ਸਹਿਮਤ ਹੈ ਉਹ ਇਕਰਾਰਨਾਮਾ ਬਣ ਜਾਂਦਾ ਜਦੋਂ ਇਕਰਾਰਨਾਮਾ ਬਣ ਜਾਂਦਾ ਸਹਿਮਤੀ ਨਾਲ ਉਹ ਮਾਨਯੋਗ ਤਹਿਸੀਲਦਾਰ ਸਾਹਿਬ ਜਿਹੜਾ ਹੈਗਾ ਉਹਦਾ ਇੰਤਕਾਲ ਤਕਸੀਮ ਦਾ ਕਰ ਦਿੰਦੇ ਹੈਗੇ ਆ ਠੀਕ ਹੈ ਪਟਵਾਰੀ ਕੋ ਦਰਜ ਹੋਣਾ ਤੇ ਉਹ ਕਰਾਰਨਾਮਾ ਰਜਿਸਟਰਡ ਵੀ ਹੋ ਸਕਦਾ ਠੀਕ ਹੈ ਜੀ ਤੇ ਜੇ ਉਹ ਉਹ ਨੂੰ ਤਕਸੀਮ ਕਹਿੰਦੇ ਆ ਮਲ ਅਲੱਗ-ਅਲੱਗ ਨੰਬਰ ਖਸਰਾ ਆਪਣੀ ਮਾਲਕ ਸ਼ੋ ਕਰਨੇ ਲਈ ਉਹ ਤਕਸੀਮ ਹੈ ਜਿਹੜੀ ਤਕਸੀਮ ਹੈ ਜੇ ਨਹੀਂ ਤੇ ਰਾਹ ਸਹਿਮਤ ਉਹ ਅਦਾਲਤ ਵਿੱਚ ਜਾ ਸਕਦਾ ਅਦਾਲਤ ਜਿਹੜੀ ਤਹਿਸੀਲਦਾਰ ਸਾਹਿਬ ਨੂੰ ਪਾਵਰ ਹੁੰਦੀ ਹੈ ਤਕਸੀਮ ਕਰਨ ਦੀ ਠੀਕ ਉਹ ਆਪਣੇ ਵਕੀਲ ਥਰੂ ਜਾ ਕੇ ਫਰਦਾਂ ਲੈ ਕੇ ਨੰਬਰ ਖਸਾ ਨਕਸ਼ਾ ਫਾਰ ਦਾ ਹੋਰ ਵੀ ਜੋ ਵੀ ਡਾਕੂਮੈਂਟ ਮੰਗਾਦਾ ਆਪਣੇ ਵਕੀਲ ਸਾਹਿਬ ਠੀਕ ਹੈ ਜੀ ਉਹ ਤਹਿਸੀਲ ਦਾ ਜਿਹੜਾ ਹੈਗਾ ਕੇਸ ਪਾਓ ਤੇ ਉਹ ਉਹ ਵੀ ਤਕਸੀਮ ਜਿਹੜੀ ਆ ਹੋ ਜਾਂਦੀ ਉਹ ਜਿੰਨੇ ਵੀ ਸਬੰਧਦੋਸ ਖਾਤੇ ਵਿੱਚ ਮਾਲਕ ਹੁੰਦੇ ਆ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਆ ਮੋਸਤੀ ਮਰਾਦੀ ਪਿੰਡਾਂ 'ਚ ਕਰਦੇ ਆ ਹਾਂਜੀ ਤੇ ਇੰਨੀ ਤਰੀਕਾ ਹੈ ਭਾਈ ਆ ਕੇਸ ਪਾਇਆ ਹੋਇਆ ਇਹਦੇ ਸਬੰਧ 'ਚ ਆਪਣਾ ਜਵਾਬ ਦਿਓ ਠੀਕ ਹੈ ਜੀ ਇਸ ਤਰ੍ਹਾਂ ਉਹ ਸੂਚਿਤ ਕਰਦੇ ਆ ਅੱਗੇ ਫਿਰ ਅੱਗੇ ਪ੍ਰੋਸੈਸ ਚੱਲਦਾ ਹੈਗਾ ਤੇ ਉਹ ਅਦਾਲਤ ਰਾस्ते ਵੀ ਤਕਸੀਮ ਹੋ ਸਕਦੀ ਜੇ ਤੇਰਾ ਸਹਿਮਤ ਨਾ ਹੋ ਸੋ ਜਿੱਦਾਂ ਹੁਣ ਜਿਹੜੇ ਜਿਹੜੀ ਜ਼ਮੀਨਾਂ ਹੋ ਗਈਆਂ ਜਿੱਦਾਂ ਵੰਡ ਹੋ ਗਈਆਂ ਜਿੱਦਾਂ ਜੀ ਸੋ ਜਿਹੜੀ ਇੱਕ ਰਜਿਸਟ੍ਰੇਸ਼ਨ ਕੀ ਹੁੰਦੀ ਹੈ ਮਤਲਬ ਕਿ ਰਜਿਸਟ੍ਰੇਸ਼ਨ ਵੀ ਹੁੰਦਾ ਨਾ ਇੱਕ ਕਿ ਜ਼ਮੀਨ ਦੀ ਰਜਿਸਟਰੀ ਹੋ ਗਈ ਆ ਉਹ ਡਿਫਰੈਂਟ ਚੀਜ਼ ਆ ਨਹੀਂ ਰਜਿਸਟਰੀ ਹੋਰ ਚੀਜ਼ ਉਹ ਤਾਂ ਚੀਜ਼ ਹੋਰ ਹੈ ਨਾ ਉਹ ਹੋਰ ਚੀਜ਼ ਉਹ ਤਾਂ ਇਹ ਆ ਵੀ ਜੇ ਤੁਸੀਂ ਮਤਲਬ ਚਾਰ ਕਣਾ ਹੈਗਾ ਜ਼ਮੀਨ ਕਿਸੇ ਬੰਦੇ ਨੂੰ ਵੇਚਣੀ ਹੈਗੀ ਆ ਹਾਂਜੀ ਉਹ ਮਤਲਬ ਕਿਸੇ ਦੇ ਨਾਮ ਲਵਾਣੀ ਉਹ ਰਜਿਸਟਰੀ ਨਾਲੇ ਜਿਹੜੇ ਉਹ ਡਾਕੂਮੈਂਟ ਲੇਖ ਹੁੰਦੇ ਹੈਗੇ ਆ ਤਹਿਸੀਲ ਚ ਉਹਨੂੰ ਰਜਿਸਟਰੀ ਕਹਿੰਦੇ ਆ अच्छा जी वो रजिस्ट्री द्वारा ही मतलब जो स्टाम्प पर लिखਾਇਆ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਉਹ ਰਜਿਸਟਰਡ ਹੁੰਦਾ ਆ ਉਹ ਰਿਸਤੀ ਹੋ ਜਾਂ ਬਣ ਜਾਂਦੀ ਹੈ ਉਹਦੇ ਨਾਲ ਇਹ ਗਾਹਾਂ ਇਨਤਕਾ ਚੜਦਾ ਦੂਸਰੇ ਬੰਦੇ ਨਾਂ ਉਹ ਰਿਸਤੀ ਹੁੰਦੀ ਹੈ ਠੀਕ ਹੈ ਜੀ ਉਹ ਮਨ ਲਓ ਉਹ ਡਾਕੂਮੈਂਟ ਜਿਹੜਾ ਤੁਸੀਂ ਬਣਾਇਆ ਉਹ ਰਜਿਸਟਰਡ ਹੋ ਗਿਆ ਠੀਕ ਹੈ ਜੀ ਸੋ ਇੱਕ ਬੈ ਹੋ ਜਾਂਦੀ ਜਿੱਦਾਂ ਪੁਰਾਣੇ ਆਪਾਂ ਕਾਫੀ ਜਿੱਦਾਂ ਸੋਣਿਆ ਜਿੱਦਾਂ ਵੈਸੇ ਮੈਂ ਪੰਜਾਬ ਚ ਤਾਂ ਘਟ ਰਿਹਾ ਵੈਸੇ ਆਪਾਂ ਕਿਉਂਕਿ ਆਪਣੇ ਜਿਹੜੇ ਪੰਜਾਬੀ ਸੱਬੇ ਚਾ ਲਗਭਗ ਇਹ ਗੱਲਾਂ ਆਪਾਂ ਸੁਣਨ ਨੂੰ ਮਿਲਦੀਆਂ ਜਿੱਦਾਂ ਨਾ ਜਿਹੜੇ ਇੱਕ ਬੈਨਾਮਾ ਹੋ ਜਾਂਦਾ ਜਿਹਦਾ ਨਾ ਉਹ ਉਹਦੇ ਬਾਰੇ ਆਪ ਜੀ ਥੋੜਾ ਐਕਸਪਲੇਨ ਕਰੋ ਕਿ ਬੈਨਾਮੇ ਦੇ ਵਿੱਚ ਆਪਾਂ ਨੂੰ ਕੀ ਕੀ ਜਿੱਦਾਂ ਜੇ ਆਪਾਂ ਕਿਤੇ ਜ਼ਮੀਨ ਨੂੰ ਬੈ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਕਿਹੜੀ-ਕਿਹੜੀ ਚੀਜ਼ਾਂ ਦੀ ਮਤਲਬ ਆਪਾਂ ਨੂੰ ਲਿਖਤੀ ਚ ਕਰਨਾ ਚਾਹੀਦਾ ਕਿ ਬੰਦਾ ਕਿ ਦੋਨੋਂ ਸਾਈਡ ਤੋਂ ਸੇਫ ਰਹੇ ਜਦਾਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਤੁਸੀਂ ਨੰਬਰ ਖਸਰਾ ਵੇਚ ਰਹੇ ਕਿਲਾ ਉਹ ਜ਼ਰੂਰ ਮਤਲਬ ਰਿਵਰੀ ਕੋ ਜਾ ਕੇ ਨਕਸ਼ੇ ਵਿੱਚ ਦੇਖਣਾ ਚਾੜਾ ਭਾਈ ਇਹ ਆ ਕਿਲਾ ਮੈਂ ਇਸ ਧੇਰ ਨੂੰ ਵੇਚ ਰਿਹਾ ਠੀਕ ਹੈ ਜੀ ਬੇ ਸਿੱਲੇ ਦੀ ਮੈਨੂੰ ਇਹ ਫਰਦ ਚਾਹੀਦੀ ਹੈ ਕੰਪਿਊਟਰ ਚੋਂ ਠੀਕ ਹੈ ਜੀ ਉਹ ਜਰੂਰ ਮਤਲਬ ਤਸਦੀਕ ਕਰਨ ਲੈਣੀ ਚਾਹੀਦੀ ਹੈ ਕਿਈ ਵਾਰੀ ਬਹੁਤ ਐ ਇਦਾਂ ਹੋ ਜਾਂਦਾ ਵੀ ਮੌਕੇ ਪਰਦਾ ਜ਼ਮੀਨ ਦਾਸ ਦਿੱਤੀ ਇਹ ਕਿਲਾ ਉਹ ਫਰਦ ਕੋ ਹੋਰ ਕਿੱਲੇ ਦੀ ਰਜਿਸਟਰੀ ਹੋ ਜਾਂਦੀ ਹੈ ਠੀਕ ਹੈ ਨਾ ਉਹ ਫਿਰ ਮੌਕੇ ਦੇ ਰਜਿਸਟਰੀ ਕਿਵਰੀ ਰਿਸ਼ਤੀ ਤਾਂ ਇਹ ਗਲਤ ਹੁੰਦੀ ਪਰ ਫਰਦ ਦੇ ਮੁਤਾਬਕ ਗਲਤ ਹੋ ਜਾਂਦੀ ਹੈ ਠੀਕ ਹੈ ਨਾ ਉਹ ਜਿਹੜੀ ਉਹ ਨੰਬਰ ਖਸਰਾ ਪਟਵਾਰੀ ਕੋ ਜਾ ਕੇ ਨਕਸ਼ੇ ਦੇ ਦੇਖ ਲੈਣਾ ਚਾਹੀਦਾ ਵੀ ਇਹ ਨੰਬਰ ਖਸਰਾ ਮੈਂ ਲੈ ਰਿਹਾ ਹਾਂ ਠੀਕ ਹੈ ਫਿਰ ਦੂਜੀ ਹੈਗੀ ਆ ਵੀ ਫਰਦ ਕੰਪਿਊਟਰ ਜੋ ਮਿਲਦੀ ਹੈਗੀ ਆ ਜੋ ਜੋ ਨੰਬਰਦਾਰ ਹੈਗਾ ਉਹ ਵੇਚਣ ਵਾਲੇ ਦੀ ਤਸਦੀਕ ਕਰਦਾ ਤੇ ਹਾਂ ਵੀ ਫਲਾਨਾ ਪੁੱਤਰ ਫਲਾਨਾ ਇਹੀ ਹੈ ਜੋ ਸਰਜੀਤ ਸਿੰਘ ਹੈਗਾ ਵੇਚਣ ਵਾਲਾ ਮਾਲਕ ਇਹ ਸਰਜੀਤ ਸਿੰਘ ਇਹੀ ਹੈ ਠੀਕ ਹੈ ਨਹੀਂ ਕੋਈ ਹੋਰ ਸਰਜੀਤ ਸਿੰਘ ਨਹੀਂ ਹੈਗਾ ਇਹੀ ਆ ਉਹ ਨੰਬਰਦਾਰ ਨੇ ਤਸਦੀਕ ਕਰਨਾ ਹੈ ਤੇ ਇਹ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਸੋ ਵਧੀਆ ਵਧੀਆ ਵਿਚਾਰ ਤੇਰੇ ਆ ਸਰ ਹਣੀ ਆਪਾਂ ਨੂੰ ਸੋ ਨੈਕਸਟ ਜਿਹੜਾ ਆਪਣੇ ਸੋਤਿਆਂ ਦਾ ਕੁਐਸਚਨ ਸੀਗਾ ਉਹ ਇਹ ਸੀਗਾ ਕਿ ਜਦੋਂ ਕਿ ਜਿਹੜੀ ਨਿਸ਼ਾਨਬੰਦੀ ਹੁੰਦੀ ਹੈ ਜਦਾਂ ਹਾਂਜੀ ਪਹਿਲਾਂ ਤਾਂ ਕਾਫੀ ਅਲੱਗ-ਅਲੱਗ ਤਰੀਕਿਆਂ ਦੇ ਜਦਾਂ ਜਿਹੜੇ ਜਾਣਦੇ ਹੁੰਦੇ ਸੀਗੇ ਪਟਵਾਰੀ ਨਾਪ ਕਰਦੇ ਹੁੰਦੇ ਸੀ ਅੱਜ ਕੱਲ ਉਹ ਦੂਜਾ ਡਿਜੀਟਲ ਜਿਹਾ ਕਾਫੀ ਚੱਲਿਆ ਤੇ ਉਹ ਚ ਕੀ ਡਿਫਰੈਂਸ ਕੀ ਆ ਉਹਦੇ ਵਿੱਚ ਦੇਖੋ ਪਹਿਲਾਂ ਤਾਂ ਪਟਵਾਰੀ ਤੇ ਕਨਗੋ ਸੀਲਰ ਦੇ ਜ਼ਿਮੀ ਦਾ ਦਰਖਾਹ ਦਿੰਦਾ ਸੀ ਮੈਂ ਨਿਸ਼ਾਨਦੇ ਕਰਾਉਣੀ ਹੈਗੀ ਆ ਉਹ ਅੱਜ ਵੀ ਕਰਦੇ ਆ ਇਹ ਨਹੀਂ ਵੀ ਉਹ ਖਤਮ ਹੋ ਗਈ ਹੈ ਚੱਲਦੀ ਉਹ ਵੀ ਕਰਦੀ ਆ ਜਰੀਬ ਰਾਸਤੇ ਜਿਹੜਾ ਇਹਨੂੰ ਤੁਸੀਂ ਕਈ ਵਾਰੀ ਸੰਗਲ ਸੰਗਲ ਕਹਿੰਦੇ ਸੰਗਲ ਹੈ ਉਹਨੂੰ ਜਰੀਬ ਕਹਿੰਦੇ ਆ ਜਰੀਬ ਉਹ ਲਗਭਗ 10 ਕਰਬ ਦੀ ਹੁੰਦੀ ਹੈ ਠੀਕ ਹੈ ਨਾ ਉਹਦੇ ਨਾਲ ਵੀ ਨਿਸ਼ਾਨਦੇ ਹੋ ਜਾਂਦੀ ਹੈ ਜਿਹਦੇ ਕਿਸੇ ਲਈ ਜਿਹੜੀਆਂ ਬੱਟਾਂ ਹਨ ਉਹ ਅਲੱਗ-ਅਲੱਗ ਹੋ ਗਈਆਂ ਜਾਂ ਕਿ ਕਈ ਵਾਰੀ ਹਾਲ ਆ ਜਾਂਦੇ ਆ ਜਾਂ ਪਾਣੀ ਆ ਗਿਆ ਜਾਂ ਕਿਸੇ ਨੇ ਬਾਹ ਲਈ ਜਾਣ ਬੁੱਝ ਕੇ ਬਾਹ ਲਈ ਠੀਕ ਉਹ ਆਪਣੀ ਤਸੱਲੀ ਲਈ ਉਹ ਨਿਸ਼ਾਨਦੇ ਕਰਾ ਸਕਦਾ ਉਹ ਜਿਹੜੀ ਦੂਜੀ ਨਿਸ਼ਾਨਦੇ ਉਹ ਮਸ਼ੀਨ ਰਸਤੇ ਜਿਹੜੀ ਚੱਲ ਅੱਜਕੱਲ੍ਹ ਚੱਲਦੀ ਹੈ ਡਿਜੀਟਲ ਉਹ ਵੀ ਕਰਾ ਸਕਦਾ ਪਰ ਉਹਦਾ ਖਰਚਾ ਮੇਰਾ ਕਿੱਲੇ ਦੇ ਹਿਸਾਬ ਨਾਲ ਲੱਗਦਾ ਉਹਦਾ ਦੇ ਫੀਸ ਜਿਹੜੀ ਜਮਾ ਹੁੰਦੀ ਹੈ ਉਹਦੇ ਪੈਸੇ ਫਿਰ ਜਿਹੜਾ ਮਾਲਕ ਜ਼ਮੀਨ ਵਾਲੇ ਉਹ ਮਾਲਕ ਨੇ ਲੈਣੇ ਆ ਪੈਸੇ ਉਹਦੇ ਠੀਕ ਹੈ ਜੀ ਉਹ ਜਮਾ ਕਰਾ ਕੇ ਉੱਥੇ ਉਹ ਫਿਰ ਜਿੱਥੇ ਵੀ ਉਹਦਾ ਦਫ਼ਤਰ ਹੈਗਾ ਹਾਂਜੀ ਉਹ ਮਸ਼ੀਨ ਤੋਂ ਜਿਹੜੇ ਰਸਤੇ ਕਰਦੇ ਜੇ ਨਾਰਮਲ ਜਿੱਦਾਂ ਹੋਣਗੇ ਕਿਸੇ ਨੇ ਆਪਣੀ ਜ਼ਮੀਨ ਜਿੱਦਾਂ ਸ੍ਰੀਕੇ ਚ ਹੁੰਦਾ ਹੈ ਕਿ ਆਪਾਂ ਨਾਪੀ ਕਰਾਣੀ ਜ਼ਮੀਨ ਉਸ ਵਾਸਤੇ ਪੈਸੇ ਵੀ ਜਮ੍ਹਾਂ ਕਰਾਣੇ ਪੈਂਦੇ ਫੀਸ ਹੁੰਦੀ ਹੈ ਕਿ ਫ੍ਰੀ ਪੋਸਟ ਫੀਸ ਹੁੰਦੀ ਹੈ ਜੀ ਫੀਸ ਹੁੰਦੀ ਹੈ ਸੋ ਉਹ ਉਹ ਉਹਦਾ ਕੀ ਪ੍ਰੋਸੈਸ ਕੀ ਆ ਮਤਲਬ ਕਿ ਕਿੱਦਾਂ ਪਉਣੀ ਐਪਲੀਕੇਸ਼ਨ ਪਾ ਸਕਦੇ ਆ ਜੀ ਉਹ ਬੰਦਾ ਜੋ ਹੈਗਾ ਜ਼ਿੰਮੀਦਾਰ ਫਾਰਦ ਲਵੇ ਠੀਕ ਆ ਜੀ ਫਾਰ ਤੇ ਉਹ ਜਿਹੜਾ ਆਪਣੇ ਬਾਹਰ ਬੈਠੇ ਅਰਜੀ ਨਹੀਂ ਵੀਸ ਜਾ ਹੋਰ ਉਹ ਐਪਲੀਕੇਸ਼ਨ ਲਾ ਕੇ ਹੋਨ ਤਾਂ ਅੱਜ ਕੱਲ ਦਾ ਸਵਬਦਾ ਸੈਂਟਰ ਜਾਂਦੇ ਸਵਬਦਾ ਸੈਂਟਰ ਜਿਹੜੀ ਐਪਲੀਕੇਸ਼ਨ ਦਿੰਦਾ ਵੀ ਜਿਹੜੀ ਆ ਮੈਂ ਨਿਸ਼ਾਨਦੇ ਹੀ ਹੈਗੀ ਆ ਉਹ ਸਵਬਦਾ ਸੈਂਟਰ ਚ ਹੀ ਜਮਾ ਜਿਹੜੀ ਹੈਗੀ ਆ ਮੌਕੇ ਤੇ ਹਾਂਜੀ ਉਹਦੀ ਜਿਹੜੀ ਫੀਸ ਜਿੰਨੀ ਵੀ ਬਣਦੀ ਹੈਗੀ ਆ ਠੀਕ ਹੈ ਉਹ ਮੌਕੇ ਤੇ ਜਮਾ ਹੋ ਜਾਂਦੀ ਹੈ ਉਹ تحصیلਦਾਰ ਸਰ ਜਿਹੜੇ ਹੁੰਦੇ ਉਹਨਾਂ ਕੋਲੇ ਜਮਾ ਹੁੰਦੀ ਆ ਕਿ ਉੱਥੇ ਕੋਈ ਸਪੈਸ਼ਲ ਸਵਬਦਾ ਸੈਂਟਰ ਕੋਲ ਹੁੰਦੀ ਆ ਪਰ ਉਹਨਾਂ ਦਾ ਜੋ ਉਹ ਵੀ ਖਾਤਾ ਹੋਏਗਾ ਉੱਥੇ ਜਮਾ ਹੋ ਜਾਂਦੇ ਪੈਸੇ ਠੀਕ ਹੈ ਜੀ ਤੇ ਉਹ ਜਿਹੜੀ ਫਾਈਲ ਹੈਗੀ ਆ ਫਿਰ تحصیلਦਾਰ ਕੋ ਜਾਂਦੀ ਹੈ تحصیلਦਾ ਸਾਹਿਬ ਮਾਰਕ ਕਰਦੇ ਆ ਜੋ ਸੰਬੰਧਤ ਹਲਕਾ ਕਾਨੂੰਨ ਹੋਵੇ ਤੇ ਇਹ ਕਿਹੜਾ ਕੀੜੇ ਪਟਵਾਰੀ ਜਾਂ ਕਨਗੋ ਕੋ ਪੈਂਦਾ ਉਹ ਉਸ ਕਨਗੋ ਚਲੋ ਚੱਲੀ ਜਾਂਦੀ ਹੈ ਫਿਰ ਜਿਹੜਾ ਕਨਗੋ ਉਹਨਾਂ ਨੂੰ ਉੱਪਰ ਅੱਜ ਕੱਲ ਤਾਂ ਮੋਬਾਈਲ ਨੰਬਰ ਵੀ ਲੈ ਲੈਂਦੇ ਆ ਉਹਨਾਂ ਨਾਲ ਸੰਪਰਕ ਕਰਦੇ ਭਾਈ ਤੁਹਾਡੀ ਨਿਸ਼ਾਨ ਦੀ ਦਰਖਾਸਤ ਆਈ ਹੈ ਜਾਂ ਜ਼ਿੰਮੇਵਾਰ ਵੀ ਸੰਪਰਕ ਕਰ ਲੈਂਦਾ ਤੇ ਸਾਡੀ ਨਿਸ਼ਾਨ ਦੀ ਦਰਖਾਸਤ ਆਈ ਕਿ ਨਹੀਂ ਹੈ ਠੀਕ ਹੈ ਜੀ ਇਹਦਾ ਪ੍ਰੋਸੈਸ ਸੀ ਠੀਕ ਹੈ ਜੀ ਕੋਈ ਕੋਈ ਇਹ ਵੀ ਹੁੰਦਾ ਹੈਗਾ ਜਿੱਦਾਂ ਇਹ ਜਿੱਦਾਂ ਕੋਈ ਤਾਂ ਕਹਿੰਦੇ ਨੇ ਕਿ ਆਪਾਂ ਐਪਲੀਕੇਸ਼ਨ ਪਾਈ ਚਗੀ ਸਾਡਾ ਸ਼ਾਰਟ ਅਰਡ ਹੋ ਗਿਆ ਸਾਰਾ ਕੁਝ ਮਤਲਬ ਕਲੀਅਰ ਹੋ ਗਿਆ ਕੋਈ ਕੋ ਬੰਦੇ ਦੇ ਵੀ ਵਿੱਚ ਕੁਐਸਚਨ ਆਏ ਹੋਏ ਹੈਗੇ ਉਹ ਕਹਿੰਦੇ ਹੋਗੇ ਆਪਾਂ ਨੂੰ ਸਾਲ ਹੋ ਗਿਆ ਅਪਲਾਈ ਕੀਤੇ ਨੂੰ ਕਿ ਸਾਡੀ ਜ਼ਮੀਨ ਆ ਕੇ ਨਾਪੋ ਕੋਈ ਆਇਆ ਨਹੀਂ ਹੈਗਾ ਉਹਦੇ ਵਿੱਚ ਫਿਰ ਕੀ ਕਰ ਸਕਦੇ ਆਪਾਂ ਉਹ ਜਾ ਫਿਰ ਜਾ ਕੇ ਆਪਾਂ ਉਹਨਾਂ ਨੂੰ ਦੁਬਾਰਾ ਜਾ ਕੇ ਉਹਨਾਂ ਨੂੰ ਦੱਸਣਾ ਪਊਗਾ ਜਨਾ ਉਹ ਕਨਗੋ ਸਾਹਿਬ ਤਾਂ ਮਿਲਣਾ ਪੈਣਾ ਜੀ ਉਹਨਾਂ ਨੂੰ ਹੀ ਦੱਸਣਾ ਪੈਣਾ ਸਾਡੀ ਦਰਖਾਸਤ ਆਈ ਸੀਗੀ ਤੇ ਇਦਾਂ ਦਾ ਕਰਕੇ ਹੈ ਕਈ ਵਾਰੀ ਹਾਂ ਐਪਲੀਕੇਸ਼ਨਾਂ ਜ਼ਿਆਦਾ ਆ ਜਾਂਦੀਆਂ ਠੀਕ ਹੈ ਜੀ ਇੱਕ ਕਨਗੋ ਕੋ ਹੋਣ ਜ਼ਿਆਦਾ ਅੱਜਕੱਲ ਸੀਟਾਂ ਵੀ ਪੋਸਟਾਂ ਵੀ ਘੱਟ ਹੈਗੇ ਬੜੋਰੇ ਵੀ ਘੱਟ ਹੈ ਕਨਗੋ ਵੀ ਘੱਟ ਹੈਗੇ ਤੇ ਦੋ ਦੋ ਹਲਕਿਆਂ ਦਾ ਚਾਰਜ ਵੀ ਹੈਗਾ ਹੁਣ ਲਗਭਗ ਇੱਕ ਕਨਗੋ ਚ ਲਗਭਗ 30 ਪਿੰਡ ਹੁੰਦੇ ਆ ਅੱਛਾ ਅਗਲੇ ਹੋ ਦੂਜੀ ਕਨਗੋ ਨੂੰ ਮਿਲ ਗਏ ਚਾਹ ਕੋ 60 ਹੋ ਗਏ ਹਾਂਜੀ ਟਾਈਮ ਉਹਨਾਂ ਹੀ ਹੁੰਦਾ ਮੰਨ ਲਓ ਟਾਈਮ ਹੁੰਦਾ ਹੁੰਦਾ ਤੋ ਦੇਖੋ ਮੰਨ ਲਓ ਗਰਮੀ ਆ ਗਈਆਂ ਹਾਂਜੀ ਅਪ੍ਰੈਲ ਚ ਕਣਕ ਵੱਢ ਹੋ ਜਾਂਦੀ ਹੈ ਹਾਂਜੀ ਅਪ੍ਰੈਲ ਚ ਲਗਭਗ ਬਸਾਕੀ ਵੱਢ ਹੋ ਜਾਂਦੀ ਹੈ ਉਸ ਤੋਂ ਬਾਅਦ ਜ਼ਮੀਨ ਜਿਹੜੀ ਹੈਗੀ ਕਿੰਨਾ ਕੁ ਟਾਈਮ ਬੱਜਦਾ ਹੁਣ ਉਨ੍ਯ ਅਧਾਰਾਂ 'ਤੇ ਕਵਰ ਕਰਨਾ ਕਵਰ ਕਰਨੀ ਆ ਕੰਨ ਗੋਲੇ ਵੀ ਥੋੜਾ ਔਖਾ ਹੋ ਜਾਂਦਾ ਹਾਂਜੀ ਕਈ ਵਾਰੀ ਜ਼ਿਮੀਂਦਾਰ ਵੀ ਫਟਾਫਟ ਉਹ ਝੋਨੇ ਵਾਲਾ ਪਾਣੀ ਛੱਡਨ ਦੇ ਵਿੱਚ ਉਹਨਾਂ ਨਾਲ ਪਾਣੀ ਜਦੋਂ ਪਾਣੀ ਛੱਡੋ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਸਰੀਕੇ ਵਾਜੀ ਜੇ ਜਾਣ ਕੇ ਵੀ ਛੱਡ ਦਿੰਦੇ ਆ ਐ ਹੋ ਜਾਂਦਾ ਤੇ ਉਹ ਫਿਰ ਉਹਨੇ ਟਾਈਮ 'ਚ ਕਵਰ ਨਹੀਂ ਹੁੰਦੀਆਂ ਕਈ ਵਾਰੀ ਹਾਂਜੀ ਕਈ ਮਸਤਰਕੇ ਖਾਤੇ ਵਾਲੀਆਂ ਹੁੰਦੀਆਂ ਝਗੜੇ ਵਾਲੀਆਂ ਹੁੰਦੀਆਂ ਕਿ ਵੀ ਰਹਿ ਵੀ ਜਾਂਦੀਆਂ ਠੀਕ ਹੈ ਪੂਰੀ ਕੰਪਲੀਟ ਵੀ ਨਹੀਂ ਹੁੰਦੀਆਂ ਕਿਉਂ ਸਰਕਲ ਹੁਣ ਡਬਲ ਡਬਲ ਹੈਗੇ ਠੀਕ ਹੈ ਇਦਾਂ ਹਾਂਜੀ ਪਟਵਾਰੀ ਵੀ ਘੱਟ ਹੈਗੇ ਮਸਖੁਦਾ ਜੀ ਸਰ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਕਿਸੇ ਨੇ ਵੀ ਐਪਲੀਕੇਸ਼ਨ ਪਾਈ ਹੋਏ ਨਾ ਜ਼ਮੀਨ ਦੀ ਨਾਪ ਨਪਾਈ ਵਾਸਤੇ ਸੋ ਜੇ ਆਪ ਜੀ ਦੇ ਨਾਲ ਉਹ ਨਹੀਂ 2 ਤੋਂ 3 ਮਹੀਨਿਆਂ ਦੇ ਵਿੱਚ ਨਹੀਂ ਕੰਟੈਕਟ ਕਰਦੇ ਆ ਕਿ ਤੁਸੀਂ ਦੁਬਾਰਾ ਫੇਰ ਉੱਥੇ ਜਾ ਕੇ ਤਹਿਸੀਲਦਾਰ ਦੇ ਦਫ਼ਤਰ ਉੱਥੋਂ ਤੁਸੀਂ ਇਨਕੁਆਰੀ ਕਰ ਸਕਦੇ ਹੋ ਤੇ ਨਾਲ ਦੇ ਨਾਲ 메ਨ ਚੱਕਰ ਕੀ ਹੁੰਦਾ ਆ ਕਿ ਸਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਜ਼ਮੀਨ ਦੀ ਨਪਾਈ ਹੁੰਦੀ ਆ ਉਹ ਸਾਲ ਦੇ ਵਿੱਚ 2 ਮਹੀਨੇ ਦੀ ਹੁੰਦੀ ਆ ਕਿਉਂਕਿ ਜਦ ਫਸਲ ਸਾਰੀ ਵੱਢ ਹੋ ਜਾਂਦੀ ਆ ਫੇਰ ਉਹ ਨਪਾਈ ਹੁੰਦੀ ਆ ਨਹੀਂ ਇਦਾਂ ਹੀ ਆ ਨਾ ਫਸਲ ਵਿੱਚ ਜਿਹੜੀ ਜਾਂ ਫਿਰ ਨਿਸ਼ਾਨਦੇ ਨਹੀਂ ਹੁੰਦੀ ਜਦੋਂ ਫਸਲ ਹੋ ਜਾਂਦੀ ਆ ਇਹ ਜਾ ਕੇ ਗੂਬਨ ਨਵੰਬਰ ਚ ਹੁੰਦੀ ਆ ਸ਼ੁਰੂ ਛੋਟੀ ਜਦੋਂ ਕਣਕ ਹੁੰਦੀ ਜਦੋਂ ਫਸਲ ਵੱਡੀ ਕੁਦਰਤੀ ਫਿਰ ਜ਼ਿਮੀਦਾਰ ਜਿਹੜੇ ਆਪਣੇ ਖੇਤਾਂ ਚ ਜਦੋਂ ਉਹਦੀ ਜ਼ਮੀਨ ਦੀ ਮਿਹਣਤੀ ਹੁੰਦੀ ਆ ਫਸਲ ਨੂੰ ਨੁਕਸਾਨ ਹੁੰਦਾ ਹਾਂਜੀ ਫਸਲ ਫੁੱਟਦੀ ਆ ਨਾ ਹਾਂਜੀ ਹਾਂਜੀ ਇਹ ਸਵਾਪ ਜੀ ਦੁਆਰਾ ਜਾ ਕੇ ਉੱਥੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਦਰਖਾਸਤ ਆ ਗਈ ਆ ਉਹਨਾਂ ਨੇ ਹੀ ਸਾਰਾ ਕਰਨਾ ਠੀਕ ਹੈ ਜੀ ਹਾਂ ਸੋ ਇੱਕ ਹੋਰ ਸੀ ਨਾਲ ਦੇ ਨਾਲ ਮੈਂ ਗਿਆ ਹੁਣ ਗੱਲ ਚੱਲੀ ਹੈ ਗਿਆ ਹੋਰ ਆਪ ਜੀ ਨੂੰ ਇੱਕ ਕਰ ਲਵਾ ਸਵਾਲ ਸੋ ਇੱਕ ਤਵਾਦਲਾ ਹੁੰਦਾ ਜਿਹਦਾ ਤਵਾਦਲੇ ਦਾ ਕੀ ਹੁੰਦਾ ਜਿਹਦਾ ਮੈਨੂੰ ਆਪ ਨੂੰ ਬਣੀ ਇਹ ਚੀਜ਼ ਦਾ ਪਤਾ ਹੈਗਾ ਜਿੱਦਾਂ ਸੋ ਤਵਾਦਲੇ ਬਾਰੇ ਦੱਸੋ ਕੁਛ ਕਿ ਕੀ ਆਪਾਂ ਦੱਸ ਸਕਦੇ ਆ ਆਪਣੇ ਜਿਹੜੇ ਸੋਤੇ ਆ ਸੁਣ ਰਿਹਾ ਤਵਾਦਲਾ ਇਹ ਹੈਗਾ ਵੀ ਇੱਕ ਕਿਲਾ ਤੁਹਾਡਾ ਹੈਗਾ ਤੁਸੀਂ ਬੰਨੇ ਹੈਗੇ ਇੱਕ ਹੋਰ ਜ਼ਮੀਨ ਦਾ ਦੂਸਰੇ ਪਾਸੇ ਬੰਦਾ ਜਾਂ ਲਾਗੇ ਵੀ ਬੰਦ ਹੈਗਾ ਤੁਹਾਡੇ ਮਨ ਚ ਆ ਗਿਆ ਵੀ ਮੈਂ ਇਹੋ ਕਿਲਾ ਉਹਨੂੰ ਦੇ ਦਵਾ ਤੇ ਉਹ ਇਹ ਕੁਲਾ ਮੈ ਲੈ ਲਮਾ ਉਹਨੂੰ ਫਿਰ ਤਬਾਦਲਾ ਕਹਿੰਦੇ ਆ ਅਦਲਾ ਬਦਲੀ ਕਰ ਅਦਲਾ ਬਦਲੀ ਜਿਦਾ ਹੋ ਜਾਂਦੀ ਹੈ ਉਹਨੂੰ ਤਬਾਦਲਾ ਕਹਿੰਦੇ ਕਹਿੰਦੇ ਹੈਗੇ ਆ ਉਹਦਾ ਇੱਕ اقرارنامہ ਬਣਦਾ ਠੀਕ ਹੈ ਜੀ ਦੋਹਾਂ ਧਿਰਾਂ ਵਿੱਚ ਪੇ ਆਹ ਨੰਬਰ ਖਸਰਾ ਮੈਂ ਸਰਜੀਤ ਸਿੰਘ ਨੂੰ ਦੇ ਦਿੱਤਾ ਆਹ ਕੁਲਾ ਸਰਜੀਤ ਸਿੰਘ ਤੇ ਮੈਂ ਲੈ ਲਿਆ ਉਹ ਜਿਹੜਾ ਹੈਗਾ ਫਿਰ ਧਿਰਾਂ ਦੇ ਦੋਨਾਂ ਧਿਰਾਂ ਦੇ ਸਾਈਨ ਹੁੰਦੇ ਆ ਦੋ ਗਵਾਹ ਪੈਂਦੇ ਹੈਗੇ ਆ ਉਹ اقرارنامہ ਜਿਹੜਾ ਹੈਗਾ ਤਬਾਦਲੇ ਦਾ ਬਣਦਾ ਉਹ ਕਰਾਰਨਾਮਾ ਰਜਿਸਟਰਡ ਵੀ ਕਰਾ ਸਕਦੇ ਆ ਰਜਿਸਟਰ ਕਰਾ ਸਕਦਾ ਹੈ ਰਜਿਸਟਰੀ ਹੁੰਦੀ ਉਹਦੀ ਹਾਂ ਬਾਕੀ ਉਹਦਾ ਪ੍ਰੋਸੈਸ ਉਹੀ ਹੈ ਕਿ ਜਦੋਂ ਕਰਾਰਨਾਮਾ ਬਣ ਗਿਆ ਉਹ ਪਟਵਾਰੀ ਕੋਲ ਤੁਹਾਨੂੰ ਦਰਜ ਕਰਾਉਣਾ ਪੈਣਾ ਤਹਿਸੀਲਦਾਰ ਸਾਹਿਬ ਨੇ ਹੁਣ ਮਨਜ਼ੂਰ ਕਰਨਾ ਠੀਕ ਹੈ ਤਹਿਸੀਲਦਾਰ ਸਾਹਿਬ ਨੇ ਆਖਰੀ ਤੱਕ ਉਹ ਪੁੱਛਣਾ ਦੋਹਾਂ ਤਰ੍ਹਾਂ ਨੂੰ ਕਿ ਠੀਕ ਆ ਤੁਹਾਡਾ ਇਹ ਤਵਾਦਲਾ ਜੋ ਕਰਾਰਨਾਮਾ ਤੇ ਤੁਸੀਂ ਸਹਿਮਤ ਅੱਜ ਵੀ ਉਸ ਕਰਾਰਨਾਮੇ ਤੇ ਸ਼ਰਤਾਂ ਵੀ ਲਿਖੀਆਂ ਜਾਂਦੀਆਂ ਕੀ ਸ਼ਰਤ ਲਿਖੀ ਜਾਂਦੀ ਹੈ ਵੀ ਜੇ ਤੂੰ ਮੁਕਰੇ ਮੈਂ ਇੰਨੇ ਪੈਸੇ ਲਵਾਂਗਾ ਜਾਂ ਜੇ ਬੰਦਾ ਇਕਰਾਰਨਾਮੇ ਲਿਖੋ ਗਿਆ ਇੰਤਕਾ ਨਹੀਂ ਹਲੇ ਕਰਾਇਆ ਬੰਦਾ ਮਰਜੂਦ ਵਿੱਚ ਲਿਖਿਆ ਜਾਂਦਾ ਵੀ ਇਹਦੇ ਜਿਹੜੇ ਬਾਰਸ ਹੈਗੇ ਆ ਉਹ ਵੀ ਇਸ ਗੱਲ ਤੇ ਪਮੰਦਾ ਰਹਿਣਗੇ ਵੀ ਜੋ ਲਿਖਿਆ ਗਿਆ ਹੈਗਾ ਠੀਕ ਹੈ ਨਾ ਤੇ ਉਹ ਤਹਿਸੀਲਦਾਰ ਨੇ ਉਹਨੂੰ ਫਿਰ ਇੰਤਕਾ ਉਹਨਾਂ ਤਵਾਦਲਾ ਉਹਨੂੰ ਤਵਾਦਲਾ ਕਹਿੰਦੇ ਬਾਤ ਨੂੰ ਆਪਾਂ ਮੈਂ ਇੱਕ ਚੀਜ਼ ਦੇਤੀ ਉਹਦੇ ਲੈ ਲਈ ਠੀਕ ਹੈ ਹਾਂਜੀ ਸੋ ਜੇ ਜਿੱਦਾਂ ਬਾਈ ਚਾਂਸ ਜਿੱਦਾਂ ਆਲਰੇਡੀ ਚੱਲਦੀ ਐਪਲੀਕੇਸ਼ਨ ਚੱਲਦੀ ਪਈ ਆ ਜਿੱਦਾਂ ਜਦਾਬ ਜੀ ਨੇ ਆਲਰੇਡੀ ਦੱਸਿਆ ਹੈਗੇ ਬੰਦਾ ਕੋਈ ਪੂਰਾ ਹੋ ਜਾਂਦਾ ਵਿੱਚੋਂ ਜਿਹੜਾ ਮੇਨ ਬੰਦਾ ਹੁੰਦਾ ਹੈ ਹਾਂਜੀ ਹਾਂਜੀ ਬਾਤਲੇ ਦੇ ਵਿੱਚੋਂ ਮਤਲਬ ਉਹਨਾਂ ਨੂੰ ਫਿਰ ਉਹ ਵਾਲੇ ਰੂਲ ਰੈਗੂਲੇਸ਼ਨ ਸੇਮ ਹੀ ਰਹਿਣੇ ਆ ਡਿਫਰੈਂਸ ਨਹੀਂ ਰਹਿਣਾ ਹੋਰ ਰਾਣਵ ਨੇ ਸਹਿਮਤ ਹੋਣਾ ਪਾਣਾ ਸੇਮ ਜੋ ਲੇ ਹਾਂ ਉਹ ਜਿਹੜਾ ਬੰਦਾ ਮਰ ਗਿਆ ਉਹਦਾ ਵੀ ਬਰਾਸ ਦਾ ਇੰਤਕਾਲ ਹੋਵੇਗਾ ਜੋ ਵੀ ਉਹਦੇ ਬਾਰਸ ਬਣੂਗੇ ਇਲੀਗਲ ਹਾਂਜੀ ਉਹ ਤੇ ਪਾਬੰਦ ਰਹਿਣੇ ਪੈਣੇ ਆ ਸੋ ਉਹਦੇ ਵਿੱਚ ਜਿੱਦਾਂ ਇਦਾਂ ਹੈ ਕਿ ਜਿੱਦਾਂ ਸਰ ਜੀ ਜਿੱਦਾਂ ਹੁਣ ਆਪਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਿੱਦਾਂ ਇਹ ਤਬਾਦਲਾ ਕਰਦੇ ਆ ਉਹਦੇ ਵਿੱਚ ਐਗਰੀਕਲਚਰ ਲੈਂਡ ਆਂਦੀ ਆ ਕਿ ਕਮਰਸ਼ੀਅਲ ਕੋਈ ਵੀ ਚੀਜ਼ ਆ ਸਕਦੀ ਆ ਕਿ ਕੱਲੀ ਨਹੀਂ ਤੇ ਖੇਤੀ ਵਾਲੀ ਤੋਂ ਖੇਤੀ ਵਾਲੀ ਜਿਹੜੀ ਹੈਗੀ ਜਿਹਨੂੰ ਬਾਹੀ ਜੋਗ ਰੱਖਵਾ ਕਹਿੰਦਾ ਉਹ ਉਹੀ ਰੱਖਵਾ ਜਿਹੜਾ ਉਹਨਾਂ ਤਬਾਦਲਾ ਹੋਣਾ ਬਰਾਬਰ ਬਰਾਬਰ ਦਾ ਉਹੀ ਬਰਾਬਰ ਦਾ ਹਾਂ ਜੀ ਜੇ ਚਾਹੀਏ ਕਿੱਲਾ ਦਿੱਤਾ ਤਾਂ ਕਿੱਲਾ ਹੀ ਬਰਾਬਰ ਆਣਾ ਠੀਕ ਹੈ ਜੇ 4 ਗਣਾ ਦਿੱਤੇ 4 ਗਣਾ ਬਰਾਬਰ ਆਣਾ ਮਾਲ ਕੀਮਤ ਜਿੱਦਾਂ ਆਪਾਂ ਕਹਿੰਦੇ ਕਿ ਕੀਮਤ ਜ਼ਮੀਨ ਦੀ ਬਰਾਬਰ-ਬਰਾਬਰ ਚਾਹੀਦੀ ਜੋ ਲਈ ਹੈ ਜੋ ਦਿੱਤੀ ਹੈ ਇਹ ਠੀਕ ਹੈ ਜੀ ਸੋ ਜੇ ਬਰਾਬਰ ਨਾ ਆਵੇ ਫਿਰ ਕੋਈ ਅਮਾਉਂਟ ਵਗੈਰਾ ਫਿਰ ਅਮਾਉਂਟ ਵੀ ਹੋ ਜਾਂਦੀ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਹਾਂ ਸਹਿਮਤੀ ਨਾਲ ਦੀ ਸਹਿਮਤੀ ਹੈ ਹਾਂ ਜੋ ਹੁਣਾਂ ਧਿਰਾਂ ਦੀ ਸਹਿਮਤੀ ਨਾਲ ਹੋਣਾ ਹਾਂ ਜੀ ਠੀਕ ਜੀ ਵਧੀਆ ਜੀ ਇਹ ਵਾਲਾ ਸੋ ਇੱਕ ਹੋਰ ਸੀਗਾ ਜਿੱਦਾਂ ਆਪਾਂ ਭਗਵੰਤ ਮਾਨ ਹੋਣੀ ਜਿਹੜੇ ਆਪਣੇ ਹੈਗੇ ਆ ਜਦਾ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਇੱਕ ਪਿੱਛੇ ਜੇ ਮੈਂ ਕਾਫੀ ਜ਼ਿਆਦਾ ਖਬਰਾਂ ਸੁਣੀਆਂ ਸੀਗੀਆਂ ਉਹ ਕਹਿੰਦੇ ਸੀ ਜਿਹੜੀ ਜ਼ਮੀਨ ਲਾਲ ਲਕੀਰ ਦੇ ਅੰਦਰ ਆਂਦੀ ਆ ਹਾਂਜੀ ਹਾਂਜੀ ਤੇ ਉਹ ਕਹਿੰਦੇ ਕਿ ਜਿਹੜੇ ਬੰਦੇ ਕੋਲ ਉਹਦੇ ਜਿੱਥੇ ਕਬਜ਼ੇ ਹੈਗੇ ਉਹਨਾਂ ਨੂੰ ਆਪਾਂ ਰਜਿਸਟਰੀਆਂ ਦੇਵਾਂਗੇ ਜਾਂ ਜੋ ਵੀ ਆ ਦੇਖੋ ਤੇ ਉਹ ਡਿਫਰੈਂਸ ਦੱਸੋ ਲਾਲ ਲਕੀਰ ਵਾਲਾ ਤੇ ਰਜਿਸਟਰੀ ਵਾਲੇ ਵਿੱਚ ਕੀ ਕੀ ਡਿਫਰੈਂਸ ਆ ਉਹਦੇ ਵਿੱਚ ਤੇ ਲਾਲ ਲਕੀਰ ਜਿਹੜੀ ਹੈਗੀ ਪਿੰਡ ਦੀ ਜਿਹੜੀ ਆਬਾਦੀ ਹੁੰਦੀ ਹੈਗੀ ਜਿੱਦਾਂ ਉਹ ਸੜਕ ਹੈਗੀ ਫੇਰ ਨਹੀਂ ਆ ਪਿੰਡ ਦੇ ਚਾਰ ਸਵੇਰੇ ਦੀ ਫੇਰ ਨਹੀਂ ਹੁੰਦੀ ਆ ਉਹਦੇ ਅੰਦਰ ਵੀ ਕੁਝ ਆਬਾਦੀਆਂ ਹੁੰਦੀਆਂ ਲਾਲ ਲਕੀਰ ਦੇ ਬਾ ਜਿੱਥੇ ਲਾਲਕੀਰ ਹੈਗੀ ਪਿੰਡ ਦਾ ਡੋਰਾ ਜਿਹਨੂੰ ਲਾਲ ਡੋਰਾ ਵੀ ਕਹਿੰਦੇ ਆ ਉਹਦੇ ਅੰਦਰ ਆ ਜਿਹੜੇ ਆਪਾਂ ਮਕਾਨ ਬਣਾਇਓ ਹੈਗੇ ਆ ਆਬਾਦੀਆਂ ਪਈਆਂ ਹੈਗੀਆਂ ਹਾਂਜੀ ਹਾਂਜੀ ਉਹਨਾਂ ਦੇ ਨੰਬਰ ਖਸਾਲਾ ਨਹੀਂ ਹੁੰਦੇ ਸੀਗੇ ਕਿਸੇ ਵਕਤ ਜਿਹਨੂੰ ਸਿਜਰਾ ਸ਼ੇਕ ਨਹੀਂ ਵੀ ਕਹਿੰਦੇ ਸੀਗੇ ਉਹ ਪਰ ਹੁਣ ਮਰਬੇਬੰਦੀ ਵੇਲੇ ਤਾਂ ਸੀਗੇ ਪਰ ਹੁਣ ਗਵਾਚ ਗਏ ਕੋਹਾੜ ਆ ਗਿਆ ਜਾਂ ਹੋਰ ਹੋ ਗਏ ਤਹਿਸੀਲ ਲੈਵਲ ਤੇ ਵੀ ਬਚੇ ਨਹੀਂ ਡਿਸਟ੍ਰਿਕਟ ਲੈਵਲ ਤੇ ਵੀ ਹੈ ਨਹੀਂ ਤੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਹੁਣੇ ਉਹ ਜਿਹੜੇ ਅੰਦਰ ਹੈਗੇ ਲੋਕੀ ਬੈਠੇ ਆਪਣੇ ਕਬਜ਼ੇ ਦੇ ਆਧਾਰ ਤੇ ਬੈਠੇ ਆ ਕਬਜ਼ੇਦਾਰ ਤੇ ਪਰ ਉਹਨਾਂ ਦੇ ਨਾਂ ਨਹੀਂ ਇਦਾਂ ਬੋਲਦਾ ਕਿਹੜਾ ਨੰਬਰ ਕਸਰਾ ਹੈ ਕਿਹਦੀ ਮਾਲਕੀ ਹੈ ਇਹ ਠੀਕ ਹੈ ਜੀ ਹਾਂਜੀ ਤੇ ਇਸ ਕਰਕੇ ਸਰਕਾਰ ਨੇ ਇਹ ਪਾਲਿਸੀ ਬਣਾਈ ਹੈ ਉਹ ਹਲੇ ਚੱਲ ਰਹੀ ਹੈ ਚੱਲ ਰਹੀ ਹੈ ਜੀ ਬਾਸ ਹਾਂ ਉਹਨਾਂ ਦੇ ਨਕਸ਼ੇ ਨੁਕਸ਼ੇ ਬਣ ਗਏ ਆ ਡਰੋਨ ਰਸਤੇ ਤੇ ਸਾਰੇ ਪੜਵਾਰੀ ਪਿੰਡਾਂ 'ਚ ਵੀ ਗਏ ਹੈਗੇ ਆ ਅੱਛਾ ਜੀ ਤੇ ਫਾਈਨਲ ਦੇਖੋ ਕਦੋਂ ਵੀ ਹੁੰਦਾ ਚੱਲਦਾ ਅੰਡਰ ਪ੍ਰੋਸੈਸ ਹੈ ਇਹ ਠੀਕ ਕੰਮ ਚੱਲ ਰਿਹਾ ਹੈ ਮਤਲਬ ਕਿ ਉਹ ਜ਼ਮੀਨ ਫਿਰ ਇਦਾਂ ਆ ਕਿ ਜੇ ਕਿਸੇ ਨੇ ਜਿੱਦਾ ਕੋਈ ਜਗਾ ਪਿੰਡਾ ਜਿੱਦਾ ਵੇਕ ਦਿਆ ਜਦੋਂ ਉਹ ਨੰਬਰ ਖਸਰਾ ਮਿਲ ਜਾਣਾ ਮਾਲਕੀ ਮਿਲ ਜਣੀ ਆ ਫਿਰ ਸੇਮ ਹੀ ਜੋ ਜਿੱਦਾ ਬਾਹਰਲੇ ਨੰਬਰ ਹੈਗੇ ਆ ਮਾਲਕੀ ਐਦਾਂ ਹੀ ਹੋ ਜਾਣਾ ਉਹ ਮਾਲਕੀ ਐਦਾਂ ਹੋ ਜਾਣੀ ਹਾਂ ਜਿਹੜੇ ਲੋਕਾਂ ਦੇ ਝਗੜੇ ਆ ਲੜਾਈ ਝਗੜਾ ਉਹ ਜਿਹੜੇ ਘਟ ਜਾਣੇ ਆ ਘਟ ਜਾੜੇ ਉਹਨਾਂ ਹਾਂਜੀ ਹਾਂਜੀ ਸੋ ਉਹ ਜ਼ਮੀਨ ਜਿੱਦਾਂ ਹੁਣ ਦੇ ਐਟ ਦਾ ਮੂਮੈਂਟ ਜਿੱਦਾਂ ਉਹ ਜ਼ਮੀਨਾਂ ਜਿੱਦਾ ਬਿਕਦੀਆਂ ਆ ਜਿੱਦਾਂ ਸੇ ਉਹ ਲੈਣਾ ਕੋਈ ਗੁਨਾਹ ਤਾਂ ਨਹੀਂ ਹੈਗਾ ਜਿੱਦਾਂ ਲੈ ਸਕਦੇ ਆ ਨਾ ਜਿੱਦਾਂ ਹਾਂ ਲੈ ਸਕਦੇ ਉਹਦੇ ਵਿੱਚ ਫਿਰ ਕਿਹੜੇ ਕਿਹੜੇ ਪੇਪਰਵਰਕ ਆਪਾਂ ਨੂੰ ਰੱਖ ਜੱਤੇ ਉਹਨਾਂ ਨੂੰ ਦੇਖੋ ਹਲੇ ਤਾਂ ਅੰਡਰ ਪ੍ਰੋਸੈਸ ਹੈਗਾ ਹਾਂਜੀ ਤੇ ਕਦੋਂ ਫਾਈਨਲ ਇਹ ਚੀਜ਼ ਹੁੰਦੀ ਹੈਗੀ ਹੈ ਕਦੋਂ ਇਹਦਾ ਰਿਕਾਰਡ ਤਿਆਰ ਹੁੰਦਾ ਠੀਕ ਹੈ ਨਾ ਉਹ ਤੋਂ ਪਹਿਲਾਂ ਜੇ ਕਿਸੇ ਨੂੰ ਲੈਣੇ ਹੈਗੇ ਆ ਉਹ ਅੰਦਰ ਲਾਲਕੀਰ ਜਿੱਦਾਂ ਸਟਾਮ ਲੈ ਲੈਂਦੇ ਆ ਸਟਾਮ ਪੇਪਰ ਦਾ 100 ਰੁਪਏ ਦਾ 200 ਦਾ 500 ਤੱਕ ਸਟਾਮ ਲੈ ਕੇ ਉਹ ਲਿਖ ਲੈਂਦੇ ਠੀਕ ਹੈ ਉਹਦੇ ਉੱਪਰ ਬੈਨਾਮਾ ਲਿਖ ਲੈਂਦੇ ਠੀਕ ਆ ਤੇਰਾ ਦੇ ਸਾਈਨ ਹੋ ਜਾਂਦੇ ਆ ਸ਼ਰਤਾਂ ਲਿਖ ਹੋ ਜਾਂਦੀਆਂ ਉਹਦੇ ਵਿੱਚ ਇਹੀ ਲਿਖਦਾ ਉਹਦੇ ਵਿੱਚ ਲਿਖ ਦਿੰਦੇ ਆ ਵੇ ਲਗ ਭਾਗ ਰਕਵਾ ਜਿਹੜਾ ਇੰਨਾ ਆ ਇਹਦੇ ਚੜ੍ਹਦੇ ਪਾਸੇ ਆਹ ਲੱਗਦਾ ਲਹਿੰਦੇ ਪਾਸੇ ਆਹ ਲੱਗਦਾ ਬੰਦਾ ਮਾਲਕ ਦੱਖਣ ਇਹ ਐ ਪੱਛੋਂ ਇਹ ਐ ਉਹਦੇ ਵਿੱਚ ਸਾਈਡਾਂ ਲਿਖ ਦਿੰਦੇ ਆ ਮੈਂ ਸਾਈਡਾ ਲਾ ਦਿੰਦੇ ਆ ਵੀ ਇਹ ਜਿਹੜੀ ਲੋਕੇਸ਼ਨ ਆ ਆ ਚੀਜ਼ ਐ ਤੇ ਇਹ ਮੈਂ ਇਹਨੂੰ ਦਿੰਦਾ ਠੀਕ ਐ ਜੀ ਤੇ ਹੋਰ ਸ਼ਰਤਾਂ ਲਿਖ ਦਿੰਦੇ ਆ ਉਹ ਇਦਾਂ ਹੋ ਜਾਂਦਾ ਉਹਨੂੰ ਰਜਿਸਟਰਡ ਵੀ ਵਹਿ ਕਰਾ ਸਕਦੇ ਆ ਰਜਿਸਟਰਡ ਕਰ ਸਕਦੇ ਆ ਆਪਣੀ ਦੇ ਕੇ ਪਰ ਉਹ ਇਦਾਂ ਫਿਲਹਾਲ ਇਦਾਂ ਚੱਲਦਾ ਠੀਕ ਐ ਜੀ ਉਹਦੇ ਵਿੱਚ ਨੰਬਰ ਖਚਰਾ ਜਿਹੜਾ ਨਹੀਂ ਹੁੰਦਾ ਵੀ ਕਿਹਦੀ ਬਾਲਕੀਗੀ ਦੇ ਨੰਬਰ ਮੌਕੇ ਦੇ ਜਿਹਦਾ ਕਬਜ਼ਾ ਉਸ ਹਾਵ ਨਾਲ ਵੇਚਦਾ ਉਹ ਠੀਕ ਐ ਜੀ ਸੋ ਇੱਕ ਹੋਰ ਸੀਗਾ ਜਿੱਦਾਂ ਮੇਰਾ ਬਸ ਜ਼ਿਆਦਾ ਨਹੀਂ ਟਾਈਮ ਲਊਗਾ ਆਪ ਜੀ ਦਾ ਸੋ ਇੱਕ ਲਾਸਟ ਕੁਐਸਚਨ ਸੀਗਾ ਮੇਰਾ ਕਿ ਜਿਹੜੇ ਆਪਣੇ ਐਨ ਆਰ ਆਈ ਭਰਾ ਜਿਹੜੇ ਆਪਣੇ ਮਾਤਰਭੂਮੀ ਨਹੀਂ ਛੱਡ ਗਏ ਹਰੇਕ ਵਰਲਡ ਦੇ ਵਿੱਚ ਬਸੇ ਹੋਏ ਆ ਜਿੱਦਾਂ ਆਪਾਂ ਵੀ ਆਏ ਹੋਏ ਹਾਂ ਤੇ ਉਹਨਾਂ ਨੂੰ ਇਹ ਹੁੰਦਾ ਆ ਕਿ ਜਿਹੜੀ ਉਹਨਾਂ ਦੀ ਜੱਦੀ ਜ਼ਮੀਨ ਆ ਸੋ ਉਹ ਆਪਣੇ ਜਿਹੜੇ ਉਹਨਾਂ ਦੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਕਿਦਾਂ ਉਹ ਜਿੱਦਾਂ ਹੁਣ ਉੱਥੇ ਸਿਟੀਜ਼ਨ ਲੈ ਲੈਂਦੇ ਜਾ ਕੇ ਹੋਰ ਕੰਟਰੀ ਦੇ ਵਿੱਚ ਤੇ ਉਹ ਕਿਦਾਂ ਨਾਮ ਉਹਨਾਂ ਦੇ ਲੱਗੂਗੀ ਕਿ ਨਹੀਂ ਬਿਲਕੁਲ ਨਹੀਂ ਉਹਦਾ ਉਹਨਾਂ ਦਾ ਕੋ ਲਿੰਕ ਹੀ ਨਹੀਂ ਸਿਟੀਜ਼ਨਾਂ ਦਾ ਉਹ ਤਾਂ ਹੁਣ ਜੋ ਉਹਨਾਂ ਦੀ ਮਾਲਕੀ ਹੈਗੀ ਰਿਕਾਰਡ ਵਿੱਚ ਉਹ ਤਾਂ ਇਦਾਂ ਹੀ ਰਣੀ ਉਹਨਾਂ ਦੀ ਮਾਲਕੀ ਹਾਂ ਉਹਨਾਂ ਚ ਕੋ ਡੈਥ ਹੋ ਜਾਂਦੀ ਬਾਹਰ ਹੋ ਜਾਂਦੀ ਹੈਗੀ ਆ ਉਹਨਾਂ ਨੇ ਬਸਈਤਾ ਬਣਾਈਆਂ ਮਹੁੰਨੀਆਂ ਉਹ ਉਹਨਾਂ ਦੇ ਜਿੱਦਾਂ ਬਾਕੀ ਕਿਸਾਨ ਦਾ ਜਾਂ ਜ਼ਿਮੀਂਦਾਰ ਦੇ ਇੰਤਕਾਲ ਚੜਦੇ ਇਦਾਂ ਉਹਨਾਂ ਦਾ ਬਰਾਸ ਦਾ ਇੰਤਕਾਲ ਚੜਨਾ ਹੈ ਉਹਨਾਂ ਦੇ ਵਾਰਸਾਂ ਦਾ ਚੜਨਾ ਹੈ ਮਾਲਕੀ ਕੋਈ ਉਹ ਮਾਲਕੀ ਨਹੀਂ ਖਤਮ ਹੋਣੀ ਹੈ ਮਾਲਕੀ ਸਾਡੇ ਰਿਕਾਰਡ ਚ ਮਾਲਕੀ ਥੋੜਾ ਖਤਮ ਆਣੀ ਹੈ ਉਹ ਤਾਂ ਜੇ ਉਹਨਾਂ ਦੇ ਜਿਹੜੀ ਨੈਕਸ ਜਿੱਦਾਂ ਗਿਆ ਉਹਨਾਂ ਦੇ ਨਿਆਣੇ ਉਹਨਾਂ ਨੇ ਸਰਪਾਸ ਜਿਹੜੇ ਹਾਂ ਸਿਟੀਜ਼ਨ ਲੈ ਲਈ ਆ ਤਾਂ ਵੀ ਉਹਨਾਂ ਦੀ ਜ਼ਮੀਨ ਉਹ ਜ਼ਮੀਨ ਤਾਂ ਚੜ੍ਹ ਨਹੀਂ ਉਹਨਾਂ ਦੇ ਬਾਸ ਮਿਲੂਗੀ ਜ਼ਮੀਨ ਉਹਨਾਂ ਦੀ ਹਾਂਜੀ ਹਾਂਜੀ ਠੀਕ ਹੈ ਇਹ ਉਹਨਾਂ ਦੇ ਹੱਕ ਨਹੀਂ ਖਤਮ ਹੋਣੇ ਉਹ ਤਾਂ ਜ਼ਮੀਨ ਉਹਨਾਂ ਦੇ ਇੱਧਰ ਇੰਡੀਆ ਵਿੱਚ ਸਹੀ ਆ ਸੋ ਅੰਕਲ ਜੀ ਇੱਕ ਹੋਰ ਸਿਗਾ ਨਾਲੇ ਜਿੱਦਾਂ ਨਾ ਜਵਾਬ ਜੀ ਨੇ ਦੱਸਿਆ ਐਨ ਆਰ ਆਈ ਵਾਸਤੇ ਜਿੱਦਾਂ ਉਹਨਾਂ ਦੇ ਹੋਰ ਇੱਕ ਕੁਐਸਚਨ ਆਦੇ ਕਾਫੀ ਜ਼ਿਆਦਾ ਉਹਨਾਂ ਨੇ ਜਿੱਦਾਂ ਆਪਣੀਆਂ ਜਿਹੜੀਆਂ ਜ਼ਮੀਨਾਂ ਠੇਕੇ ਤੇ ਦਿੱਤੀਆਂ ਹੋਈਆਂ ਜਿੱਦਾਂ ਜਿਦਾ ਉਹਨਾਂ ਦੇ ਕੋਈ ਸਰੀਕੇ ਜੇ ਹੁੰਦਾ ਆ ਜਾਂ ਕੋਈ ਪਿੰਡ ਜਾਂ ਨਾਲ ਦੇ ਕੋਈ ਰਿਸ਼ਤੇਦਾਰੀ ਚ ਦੂਰੋਂ ਨੇੜੇ ਹੁੰਦੇ ਆ ਉਹ ਜਿਦਾ ਜ਼ਮੀਨਾਂ ਆਪਣੀਆਂ ਲਿਖਾ ਲੈਂਦੇ ਨੇ ਕਿ 4 ਸਾਲ ਲਈ ਸਾਡੇ ਕੋਲ ਅੰਦਰ ਹੈਗੀਆਂ ਖੇਤੀ ਕਰਦੇ ਆ 5 ਸਾਲ ਲਈ ਜਿੱਦਾਂ ਸੋ ਉਹਦੇ ਵਿੱਚ ਵੀ ਕਬਜ਼ਾ ਕਰ ਸਕਦੇ ਆ ਕਿੱਦਾਂ ਉਹਦੇ ਬਾਰੇ ਦੱਸੋ ਕਿਉਂਕਿ ਇਹ ਜਾਦਾ ਮੇਨ ਕੁਐਸਚਨ ਜਿਆਦਾ ਹੈ ਵਾਲੇ ਜਿਹੜੇ ਐਨ ਆਰ ਆਈ ਵਾਲੇ ਬੰਦੇ ਰਹਿੰਦੇ ਆ ਦੇਖੋ ਗੱਲ ਇਦਾਂ ਹੈ ਵੀ ਜਿਹੜੇ ਸਾਡੇ ਐਨ ਆਰ ਆਈ ਵੀਰ ਬਾਹਰ ਰਹਿੰਦੇ ਜਿਆਦਾਤਰ ਹਾਂਜੀ ਸਾਡੇ ਪੰਜਾਬ ਤੋਂ ਉਹ ਜ਼ਮੀਨ ਆਮ ਕਰਕੇ ਠੇਕੇ ਤੇ ਦੇ ਜਾਂਦੇ ਹੈਗੇ ਆ ਠੀਕ ਹੈ ਜੀ ਪਹਿਲੀ ਤਾਂ ਗੱਲ ਇਹ ਜੋ ਜਦੋਂ ਠੇਕੇ ਤੇ ਦਿੰਦੇ ਆ ਉਹਨਾਂ ਨੂੰ ਇੱਕ اقਰਾਰਨਾਮਾ ਜਿਹੜਾ ਉਹਨਾਂ ਨੂੰ ਉਹ ਬਣਾਉਂਦੇ ਹੈਗੇ ਆ ਕਿ ਨਹੀਂ ਬਣਾਇਆ ਤਾਂ ਬਣਾ ਲੈਣਾ ਚਾਹੀਦਾ ਕਿ ਕਿੰਨੇ ਸਾਲੇ ਠੇਕੇ ਤੇ ਦਿੱਤੀ ਹੈ ਠੀਕ ਹੈ ਤੇ ਮੈਂ ਆਪਣੇ ਨਾਂ ਗਦਾਵਰੀ ਨਹੀਂ ਕਰਾਉਂਗਾ ਗਦਾਵਰੀ ਜਿਹੜੀ ਹੈ ਮਾਲਕ ਦੇ ਨਾਂ ਹੀ ਚੱਲੀ ਜਾਊਗੀ ਠੀਕ ਹੈ ਜੀ ਹੁਣ ਤਾਂ ਪਟਵਾਰੀ ਵੀ ਮਤਲ ਜਿਹੜੀ ਗਦਾਵਰੀ ਬਹੁਤ ਘੱਟ ਚੇਂਜ ਕਰਦੇ ਹੈਗੇ ਆ ਉਹਦੀ ਫਸਲ ਦੀ ਐਂਟਰੀ ਲਿਖਦੇ ਆ ਠੀਕ ਹੈ ਗਦਾਵਰੀ ਬਦਲਣ ਦਾ ਜਿਹੜਾ ਪ੍ਰੋਸੈਸ ਹੋਰ ਹੈ ਜਾਂ ਤੇ ਪਹਿਲੀ ਧਿਰ ਰਜਾਮੰਦਨੀ ਹੈਗੀ ਹਾਂਜੀ ਤੇ ਉਹ ਰਜਾਮੰਦਾ ਤਾਂ ਤਾਂ ਦੋਨਾਂ ਤਰ੍ਹਾਂ ਦੇ ਸਾਈਨ ਹੋਣੇ ਤਾਂ ਗਦਾਬਰੀ ਚੇਂਜ ਹੋਣੀ ਆ ਆਦਰਵਾਇਜ਼ ਗਦਾਬਰੀ ਚੇਂਜ ਨਹੀਂ ਹੋਣੀ ਚਾਹੀਦੀ ਇਹ ਐਨਆਰਏ ਵੀਰਾਂ ਨੂੰ ਮਨ ਚੋਂ ਬਹਿਮ ਕੱਢ ਦੇਣਾ ਚਾਹੀਦਾ ਕਿ ਜੇ ਉਹਨਾਂ 12 ਸਾਲ ਗਦਾਬਰੀ ਚੱਲੀ ਗਈ ਜਾਂ ਉਹ ਅਸੀਂ ਠੇਕੇ ਦੇ ਦਿੱਤ ਤੇ ਉਹ ਗਦਾਬਰੀ ਕਰਾ ਲਊਗਾ ਆਪਣੇ ਨਾਂ ਆਪਣੇ ਨਾਂ ਤੇ 20 ਸਾਲ ਚੱਲ ਜੂਗੇ ਤੇ ਸਾਡੀ ਜਿਹੜੀ ਆ ਮਾਲਕੀ ਟੋੜ ਜਾਨੀ ਉਹ ਮਾਲਕ ਬਣ ਜਾਊਗਾ ਪਿੱਛੇ ਜੇ ਵੀ ਕਾਫੀ ਅੱਜ ਤੋਂ 2-3 ਸਾਲ ਪਹਿਲਾਂ ਰੋਲਾ ਪਿਆ ਸੀਗਾ ਇਹ ਤੇ ਅਮਰੀਕਾ ਤੋਂ ਫੋਨ ਆਇਆ ਪੀ ਉਹਨਾਂ ਦੱਸੀ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਭਾਵੇਂ ਜਿੰਨੀ ਮਰਜ਼ੀ ਉਹਨਾਂ ਗਦਾਬਰੀ ਹੋਵੇ ਪਹਿਲੀ ਗੱਲ ਤਾਂ ਹੁੰਦੀ ਨਹੀਂ ਹੈਗੀ ਜੇ ਹੋ ਵੀ ਜਾਵੇ ਤਾਂ ਗਦਾਬਰੀ ਨਾਲ ਉਹਨਾਂ ਦੀ ਮਾਲਕੀ ਨਹੀਂ ਟੁੱਟਣੀ ਹੈ ਹਾਂ ਮਾਲਕੀ ਉਹਨਾਂ ਦੀ ਕੈਮਰਾ ਠੀਕ ਹੈ ਮਤਲਬ ਕਿ ਜੋ ਵੀ ਜੇ ਕਿਸੇ ਨੇ ਵੀ ਜ਼ਮੀਨ ਵਗੈਰਾ ਦੇਣੀ ਆ ਆਪਣੇ ਭਲਾ ਕੋਈ ਕਹਿ ਲੋ ਕਿ ਸਾਰੇ ਭਰਾ ਨੂੰ ਵੀ ਦੇਣੀ ਆ ਮਤਲਬ ਜੇ ਤੁਹਾਨੂੰ ਲੱਗਦਾ ਹੈ ਕੁਝ ਤਾਂ ਪੇਪਰ ਵਰਕ ਜ਼ਰੂਰੀ ਆ ਸ਼ਰਤਾਂ ਲਿਖੋ ਉਹਦੇ ਵਿੱਚ ਸ਼ਰਤਾਂ ਲਿਖ ਲਓ ਆਪਣਾ ਜੋ ਵੀ ਹੈਗੀਆਂ ਤੇ ਉਹਦੇ ਵਿੱਚ ਕੋਈ ਇਹ ਵੀ ਹੈਗਾ ਕਿ ਸਟੈਂਪ ਪੇਪਰ ਜਿਹੜਾ ਆਪਾਂ ਯੂਜ਼ ਕਰਨਾ ਹੈ ਉਹ ਛੋਟਾ ਵੱਡਾ ਯੂਜ਼ ਕਰ ਸਕਦੇ ਨੇ ਨਾ ਉਹ ਮਰਜੀ ਜਿਹੜਾ ਮਰਜੀ ਕਰ ਲੈਣ ਕੋਈ ਪਹਿਲਾਂ 200 ਵੈਲਿਊ ਸੇਮ ਹੋ ਉਹਦੀ ਪਾਵਰ ਸੇਮ ਹੋ ਉਹ ਤਾਂ ਕਰਾਰਨਾਮਾ ਬਣਾਣਾ ਬਣਾਣਾ ਠੀਕ ਹੈ ਜੀ ਹਾਂ ਜੀ ਉਹ ਜੋ ਵੀ ਹੈਗਾ ਉਹਨਾਂ ਚੰਗਾ ਲੱਗਦਾ ਸ਼ਰਤਾਂ ਇਹ ਵਿੱਚ ਆਪਣੇ ਮੋਟਰਾਂ ਦਾ ਵੀ ਲਿਖ ਦਿੰਦੇ ਆ ਅੱਛਾ ਜੀ ਵੀ ਖਰਾਬ ਹੋ ਗਈ ਮੋਟਰ ਉਹ ਵੀ ਖਰਚਾ ਪਿਤ ਪਾਈ ਤੇਰਾ ਹੋਣਾ ਠੀਕ ਹੈ ਨਾ ਜੀ ਠੀਕ ਹੈ ਜੀ ਤੇ ਬਾਕੀ ਜਿਹੜੀ ਇੰਨੀ ਕਾਬਾਂ ਦੀ ਲੋੜ ਨਹੀਂ ਵੀ ਗਦਾਬਰੀ ਦੇ ਆਧਾਰ ਤੇ ਮਾਲਕੀ ਨਹੀਂ ਟੁੱਟਣੀ ਉਸ ਮਾਲਕੀ ਦੀ ਜਿਹੜੀ ਸਾਡੇ ਅਨਰਵੇ ਉਹਨਾਂ ਦੀ ਮਾਲਕ ਠੀਕ ਹੈ ਅਬਲਾ ਦਾ ਗਿਤਾਬਰੀ ਹੁਣ ਹੁੰਦੀ ਨਹੀਂ ਉਹਨਾਂ ਦੇ ਠੇਕੇ ਦੇ ਜਿ ਬਾਂਦੇ ਆ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਕਿ ਉਹਨਾਂ ਦੀ ਮਰਜ਼ੀ ਦੇ ਬਗਾਇ ਨਹੀਂ ਹੋ ਸਕਦੀ ਸਾਡੇ ਜਿਹੜੇ ਐਨਆਰਏ ਵੀਰ ਹੈਗੇ ਆ ਠੀਕ ਹੈ ਜੀ ਉਹ ਸਹਿਮਤ ਹੋ ਗਏ ਤਾਂ ਆ ਅਬਲਾ ਦਾ ਕੋਈ ਕਰਾਂਦਾ ਨਹੀਂ ਹੈ ਹਾਂਜੀ ਨਾ ਪਰਵਾਰੀ ਕਰਦੇ ਇਦਾਂ ਤੋੜਦੇ ਹੈਗੇ ਠੀਕ ਹੈ ਜੀ ਸਹੀ ਹੈ ਜੀ ਸੋ ਇਹ ਨਾਲ ਦੇ ਨਾਲ ਜਿੱਦਾਂ ਸੇਮ ਜਿੱਦਾਂ ਉਹੀ ਲਾਈਨ ਦਾ ਕੁਐਸਚਨ ਆਇਆ ਕਿ ਜਿੱਦਾਂ ਜਿਹੜੇ ਅੱਜ ਕੱਲ ਜਿੱਦਾਂ ਮਿੱਟੀ ਵੇਚ ਦਿੰਦੇ ਨੇ ਖੇਤਾਂ ਦੇ ਵਿੱਚੋਂ ਮਿੱਟੀ 1 ਫੁੱਟ ਚੱਕ ਲੋ 2 ਫੁੱਟ ਚੱਕ ਲੋ ਜਿੱਦਾਂ ਜੇ ਕਿਸੇ ਨੇ ਹੁਣ ਬੰਦੇ ਬਾਹਰ ਰਹਿੰਦੇ ਪਏ ਉਹਨਾਂ ਨੇ ਆਪਣੀ ਜ਼ਮੀਨ ਜਿਨ੍ਹਾਂ ਕੋਲ ਠੇਕੇ ਤੇ ਜ਼ਮੀਨ ਆ ਉਹ ਗਾਹਾਂ ਜਿੱਦਾਂ ਹੋਂ ਜਿਹੜੇ ਰਹਿੰਦੇ ਇੱਥੇ ਉਹਨਾਂ ਨੂੰ ਥੋੜਾ ਇੱਕਦਮ ਪਤਾ ਲੱਗਣਾ ਹੈ ਕਿ ਸਾਡੀ ਮਿੱਟੀ ਜਿੱਦਾ ਕਰਾਹ ਲਾ ਕੇ ਵੇਚ ਦਿੱਤੀ ਆ ਤੋ ਉਹ ਉਹ ਉਹਨਾਂ ਨੂੰ ਅਲਾਉਡ ਹੈਗਾ ਮਿੱਟੀ ਚੱਕਣੀ ਐ ਤਾਂ ਖੇਤਾਂ ਦੇ ਵਿੱਚੋਂ ਕਿਨਾਂ ਨੂੰ ਠੇਕੇ ਦਾ ਠੇਕ ਜਿਹੜੇ ਠੇਕੇ ਤੇ ਲੈਂਦੇ ਆ ਜੀ ਨਹੀਂ ਉਹਨਾਂ ਨੂੰ ਜਦੋਂ ਕਰਾਰਨਾਮਾ ਹੋਊਗਾ ਤੋ ਹੈਗਾ ਲਿਖਿਆ ਸਾਰਾ ਉਹ ਆਪਣੇ ਮਾਲਕ ਨੂੰ ਪੁੱਛ ਲੈਣਾ ਮੰਨ ਲੈ ਸਾਰੇ ਉਹਦੇ ਵਿੱਚ ਕੰਡੀਸ਼ਨਲ ਲੀਕ ਹੋ ਕੇ ਆ ਚੀਜ਼ਾਂ ਨਹੀਂ ਕਰ ਸਕਦੇ ਹਾਂਜੀ ਹਾਂ ਉਹ ਤੋ ਕਿ ਇਹ ਵੀ ਇੱਕ ਪੁਆਇੰਂਟ ਆ ਜਿਹਦਾ ਨਾ ਜੋ ਐਨ ਆਰ ਆਈ ਦੀ ਮਾਲਕੀ ਹੈਗੀ ਆ ਉਹ ਉਹਦੀ ਕੰਸਲਟੈਂਟਾਂ ਸਭ ਕੋ ਹੋ ਸਕਦਾ ਵੇ ਕੋਈ 사ਮਾ ਕਰਾਣਾ ਆ ਜਾਂ ਕਰਾਣਾ ਆ ਠੀਕ ਆ ਉਹ ਪੁੱਛ ਕੇ ਕਰ ਸਕਦਾ ਠੀਕ ਆ ਜੀ ਠੀਕ ਆ ਨਾ ਸਹੀ ਆ ਐਦਾ ਉਹਦੀ ਮਰਜ਼ੀ ਦੇ ਬਗੈਰ ਨਹੀਂ ਹੋਵੇ ਕਰ ਸਕਦਾ ਵੀ ਜੋ ਵੀ ਹੈਗਾ ਠੀਕ ਆ ਸੋ ਆਬਜੀ ਦਾ ਜੋ ਕੁਐਸਚਨ ਸੀਗੇ ਪ੍ਰਸ਼ਨ ਸੀਗੇ ਉਹਦੇ ਆਨਸਰ ਦਿੱਤੇ ਸਾਰੋ ਨਹੀਂ ਸੋ ਨਾਲ ਦੇ ਨਾਲ ਆਬਜੀ ਇਹ ਵੀ ਜਰੂਰ ਐਕਸਪਲੇਨ ਕਰਿਓ ਸਾਡੇ ਸਰੋਤਿਆਂ ਨੂੰ ਕਿ ਜਿਹੜੇ ਐਨ ਆਰ ਆਈ ਭਰਾ ਜਿਹੜੇ ਆਪਣੇ ਹੈਗੇ ਜਿਨ੍ਹਾਂ ਨੇ ਆਲਰੇਡੀ ਮਤਲਬ ਕਿ ਜ਼ਮੀਨਾਂ ਦਿੱਤੀਆਂ ਹੋਈਆਂ ਆ ਥੋੜੇ ਟਾਈਮ ਤੋਂ ਜਿੱਦਾਂ ਲਾਸਟ 5-10 ਸਾਲਾਂ ਤੇ ਬਟ ਉਹਨਾਂ ਦੇ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੀਆਂ ਜ਼ਮੀਨਾਂ ਔਰ ਅੱਡੀ ਸਾਨੂੰ ਲੱਗ ਰਿਹਾ ਕਿ ਉਹਨਾਂ ਨੂੰ ਲੱਗਦਾ ਪਿਆ ਕਿ ਕਬਜ਼ਾ ਹੋ ਰਿਹਾ ਆ ਸੋ ਉਸ ਵਾਸਤੇ ਕੋਈ ਸਪੈਸ਼ਲ ਕੈਟਾਗਰੀ ਹੈਗੀ ਇੰਡੀਆ ਦੇ ਵਿੱਚ ਜਿਹੜੀ ਐਨਆਰਆਈ ਭਰਾਵਾਂ ਦੀ ਹੈਲਪ ਕਰ ਸਕੇ ਜਿੱਦਾਂ ਦੇਖੋ ਗੱਲ ਇਦਾਂ ਵੀ ਜਿੱਦਾਂ ਉਹਦਾ اقرار نامہ ਹੋਇਆ ਹਾਂਜੀ ਉਹਨੇ ਤਾਂ ਹੁਣ ਫਸਲ ਬੀਜਣੀ ਆ ਹਾਂਜੀ ਹੁਣ ਆਪਾਂ ਉਹਦਾ ਕਬਜ਼ਾ ਵੀ ਨਹੀਂ ਮੰਨ ਸਕਦੇ ਉਹਦਾ ਕਬਜ਼ਾ ਆ ਹਾਂਜੀ ਠੀਕ ਹੈ ਨਾ ਜੀ 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 ਮਾਲਕੀ ਵੀ ਐਨਆਰਆਈ ਵੀਰ ਦੀ ਹੈਗੀ ਆ ਹੁਣ ਉਹ ਜਿਹੜਾ ਠੇਕੇ ਵਾਲਾ ਬੰਦਾ ਹੈਗਾ ਜਿਹਨੇ ਠੇਕੇ ਤੇ ਲਈ ਹੈ ਉਹ ਉਹਨੂੰ ਆਪਾਂ ਉਹਦਾ ਹੀ ਕਬਜ਼ਾ ਰਹਿਣਾ ਦੇਖ ਰੱਖ ਵੀ ਉਹਨੇ ਕਰਨੀ ਹੈ ਹਾਂਜੀ ਠੀਕ ਹੈ ਨਾ ਕੋਈ ਹੋਰ ਬੰਦਾ ਕਬਜਾ ਕਰਦਾ ਸਾਰੇ ਦੇਖ ਰੱਖਦਾ ਵੀ ਉਹ ਉਹਦੀ ਜ਼ਿੰਮੇਵਾਰੀ ਹੈ ਜਿਹਨੇ ਠੇਕੇ ਤੇ ਲਈ ਹੈ ਜਮੀਨ ਜਿਹਨੇ ਠੇਕੇ ਤੇ ਲਈ ਹੈ ਠੀਕ ਹੈ ਨਾ ਆਪਾਂ ਹੁਣ ਉਹ ਉਹ ਫਸਲ ਬੀਜਦਾ ਹੈਗਾ ਆਪਾਂ ਉਹਨੂੰ ਉਹਦਾ ਕਬਜਾ ਵੀ ਨਹੀਂ ਮੰਨ ਸਕਦੇ ਉਹਦਾ ਕਬਜਾ ਵੀ ਨਹੀਂ ਕਬਜਾ ਮੰਨ ਸਕਦੇ ਠੀਕ ਹੈ ਜੀ ਠੀਕ ਹੈ ਨਾ ਬਟ ਕੁਝ ਜ਼ਮੀਨਾਂ ਇਦਾਂ ਹੈਗੇ ਜਿਨ੍ਹਾਂ ਤੇ ਆਲਰੇਡੀ ਲੱਗ ਉਹਨਾਂ ਲੱਗ ਗਿਆ ਹੈ ਕਿ ਸਾਡੀ ਜ਼ਮੀਨ ਆਲਰੇਡੀ ਕਬਜਾ ਹੋ ਗਈ ਆ ਤੇ ਉਹਨਾਂ ਨੂੰ ਜਿੱਦਾਂ ਹੁਣ ਉਹਨਾਂ ਨੇ ਕਿਹਾ ਕੇ ਕੇਸ ਕਰਦੇ ਆ ਕੁਛ ਕਰਦੇ ਆ ਉਹਦੇ ਲਈ ਕੀ ਕੀ ਆਪਾਂ ਦਾ ਸਰ ਨੇ ਕੋਈ ਐਨ ਆਰ ਆਈ ਭਰਾਵਾਂ ਲਈ ਜਿਹੜੀ ਇਹ ਸਪੈਸ਼ਲ ਜਿਹੜੀ ਅਦਾਲਤ ਹੈਗੀ ਫਾਸਟ ਟਰੈਕ ਉਹਨੂੰ ਅਦਾਲਤ ਕਹਿੰਦੇ ਆ ਹਾਂਜੀ ਠੀਕ ਹੈ ਜੀ ਉਹ ਡਿਸਟ੍ਰਿਕਟ ਲੈਵਲ ਤੇ ਡੀ ਆਰਓ ਸਾਹਿਬ ਹੁੰਦੇ ਆ ਡਿਸਟ੍ਰਿਕਟ ਰੈਵਨੂ ਅਫਸਰ ਠੀਕ ਹੈ ਜੀ ਉਹ ਐਨ ਆਰ ਆਈ ਉੱਥੇ ਮਤਲਬ ਆਪਣਾ ਕੇਸ ਪਾ ਸਕਦੇ ਆ ਮਤਲਬ ਫਿਰ ਉਹ ਜਿਹੜੇ ਐਨ ਆਰ ਆਈ ਭਰਾ ਆਪਣੇ ਬਾਹਰ ਰਹਿੰਦੇ ਵੇ ਉਹਨਾਂ ਨੂੰ ਇੰਡੀਆ ਜਾਣਾ ਪਊਗਾ ਕਿ ਇੱਥੇ ਹੀ ਕੁਛ ਕਰ ਸਕਦੇ ਆ ਤਾਂ ਕੁਛ ਵਕਤੀਆਰ ਨਾਮ ਵੀ ਭੇਜ ਸਕਦੇ ਆ ਆਪਣੇ ਖਾਸ ਜੋ ਬੰਦੇ ਵਕਤੀਆਰ ਨਾਮ ਖਾ ਦੋ ਤਰ੍ਹਾਂ ਦੇ ਹੁੰਦੇ ਇੱਕ ਜੀ ਉਹਨੇ ਕਿਹਾ ਵੀ ਇਸ ਮੰਤ ਤਮ ਲਈਏ ਤਾਂ ਉਹ ਹਸਾਬ ਨਾਲ ਮਕਤੀਆਨਾਵਾਂ ਭੇਜ ਸਕਦੇ ਆਪਣੇ ਜਿਨ੍ਹਾਂ ਤੇ ਵੀ ਉਹਨਾਂ ਨੂੰ ਵਿਸ਼ਵਾਸ ਹੋ ਕੇ ਭੇਜ ਸਕਦੇ ਆ ਵਕੀਲ ਨੂੰ ਵੀ ਭੇਜ ਸਕਦੇ ਹੋ ਵਕੀਲ ਨੂੰ ਭੇਜ ਸਕਦੇ ਆ ਕੇਸ ਲੜਨ ਲਈ ਵਕੀਲਾਂ ਦੀ ਇੱਕ ਸੰਸਥਾ ਜੀ ਬਣੀ ਹੋਈ ਹੈ ਤੇ ਉਹ ਵੀ ਮਤਲਬ ਉਹਨਾਂ ਨੂੰ ਵੀ ਮਕਤੀਆਨਾਵਾਂ ਜਿਹੜਾ ਭੇਜ ਸਕਦੇ ਆ ਕੇਸ ਲੜਨ ਲਈ ਠੀਕ ਆ ਜੀ ਸਹੀ ਆ ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕੇਸਾਂ ਨੂੰ ਥੋੜਾ ਟਾਈਮ ਲੱਗਦਾ ਹਾਂਜੀ ਸਾਲ-ਸਾਲ ਲੱਗ ਜਾਂਦੇ ਆ 6-6 ਮਹੀਨੇ ਵੀ ਲੱਗ ਜਾਂਦੇ ਆ ਸਾਲ ਤੋਂ ਵੱਧ ਵੀ ਚੱਲ ਜਾਂਦੇ ਆ ਹਾਂਜੀ ਪ੍ਰੋਸੈਸ ਪੂਰਾ ਹੋਣ ਲਈ ਤੇ ਇਸ ਕਰਕੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਇਹਨਾਂ ਵੀਰ ਉਹਦਾ 15 20 ਦਿਨ ਲਿਆਂਦੇ ਚਲੇ ਜਾਂਦੇ ਆ ਠੀਕ ਹੈ ਇਸ ਕਰਕੇ ਉਹ ਇਧਰ ਮਖਤਿਆਰਨਾਮਾ ਆਪਣੇ ਜਿਹਨੂੰ ਮਰਜੀ ਭਰਾ ਨੂੰ ਜਾਂ ਹੋਰ ਰਿਸ਼ਤੇਦਾਰ ਨੂੰ ਇਦਾਂ ਦੇ ਜਾਂਦੇ ਹੈਗੇ ਆ ਉਹ ਕੇਸ ਦੀ ਫਿਰ ਪਾਇਰ ਵਾਈ ਕਰਦੇ ਆ ਪਾਇਰ ਵਾਈ ਕਰੂਗੇ ਜੀ ਵਕੀਲ ਨੂੰ ਵੀ ਦੇ ਸਕਦੇ ਆ ਬੰਦ ਨੂੰ ਵਕੀਲ ਨੂੰ ਵੀ ਠੀਕ ਆ ਸੋ ਸਰ ਉਹਨਾਂ ਨੇ ਆਲਰੇਡੀ ਆਪ ਜੀ ਦੇ ਕੁਐਸਚਨ ਦਾ ਆਨਸਰ ਦਿੱਤਾ ਆ ਸਰ ਉਹਨੇ ਮਤਲਬ ਕਹਿਣ ਦਾ ਇਹ ਮਤਲਬ ਹੈ ਜਿਹੜੇ ਆਪਣੇ ਭਾਈ ਆਪਣੇ ਵਿਦੇਸ਼ਾਂ ਚ ਰਹਿੰਦੇ ਪਏ ਆ ਸੋ ਆਪ ਜੀ ਜੇ ਆਪ ਆਪ ਜੀ ਨੂੰ ਲੱਗਦਾ ਕਿ ਆਪ ਜੀ ਇੰਡੀਆ ਜਾ ਕੇ ਉੱਥੇ ਸੁਰੱਖਿਤ ਨਹੀਂ ਮਹਿਸੂਸ ਕਰ ਰਹੇ ਕਿ ਪਤਾ ਨਹੀਂ ਸਾਡੇ ਨਾਲ ਕੀ ਹੈਪਨ ਹੋ ਜਾਊਗਾ ਜਿੱਦਾਂ ਸੋ ਉਸ ਕਰਕੇ ਉਹਦੇ ਵਿੱਚ ਆਪ ਜੀ ਕੀ ਕਰ ਸਕਦੇ ਆਪ ਜੀ ਜਿਹੜੇ ਲੋਕਲ ਏਰੀਆ ਦੇ ਵਿੱਚ ਰਹਿੰਦੇ ਆ ਉੱਥੇ ਤੁਸੀਂ ਨਾ ਇੱਕ ਪਾਵਰ ਆਫ ਅਟਾਰਨੀ ਜਿਹੜੇ ਵਕੀਲ ਹੁੰਦੇ ਆ ਪਾਵਰ ਆਫ ਅਟਾਰਨੀ ਵਾਲੀ ਸਪੈਸ਼ਲ ਕੈਟਾਗਰੀ ਹੁੰਦੇ ਆ ਤੁਸੀਂ ਉਹਨਾਂ ਕੋਲ ਜਾ ਕੇ ਨਾ ਆਪਣਾ ਐਫੀਡੇਵਿਟ ਬਣਾ ਕੇ ਤੇ ਉਹਨਾਂ ਤੋਂ ਨੋਟਰੀ ਕਰਾ ਕੇ ਤੇ ਫਿਰ ਤੁਸੀਂ ਉਹ ਇੰਡੀਆ ਪੋਸਟ ਕਰ ਸਕਦੇ ਆ ਉਹ ਆਪ ਜੀ ਨੂੰ ਐਕਸਪਲੇਨ ਸਾਰਾ ਕਰ ਦੋਗੇ ਸੋ ਆ ਉਹਦੇ ਵਿੱਚ ਕੀ ਆ ਕਿ ਆਪ ਜੀ ਨੂੰ ਇੰਡੀਆ ਵੀ ਜਾਣ ਦੀ ਲੋੜ ਨਹੀਂ ਹੈਗੀ ਜਿਹੜੇ ਵੀ ਦੇਸ਼ ਦੇ ਵਿੱਚ ਤੁਸੀਂ ਹੈਗੇ ਆ ਤੁਸੀਂ ਉੱਥੇ ਹੀ ਬਹਿ ਕੇ ਆਪਣਾ ਉਹ ਵਾਲੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਸੋ ਨਾਲ ਦੇ ਨਾਲ ਸਾਡਾ ਇੱਕ ਹੋਰ ਸੀਗਾ ਇਹ ਕੁਐਸ਼ਨ ਸੀਗਾ ਸਰ ਜੀ ਵਾਸਤੇ ਜਿਹੜਾ ਲਾਸਟ ਕੁਐਸ਼ਨ ਕਹਿੰਦੇ ਆਪਾਂ ਸੋ ਇੱਕ ਬਸੀਅਤ ਕਹਿੰਦੇ ਆ ਕਿ ਬਸੀਅਤ ਬਾਰੇ ਦੱਸੋ ਜੀ ਬਸੀਅਤ ਦੀ ਕੀ ਕੈਟਾਗਰੀਆਂ ਕੀ ਟਰਮ ਕੰਡੀਸ਼ਨ ਆਉਂਦੀਆਂ ਦੇਖੋ ਬਸੀਅਤ ਹੈਗੀ ਹੈ ਜੋ ਮਾਲਕ ਹੈ ਜ਼ਿਮੀਦਾਰ ਉਹ ਜਦੋਂ ਕਿਸੇ ਵਕਤ ਵੀ ਆਪਣੇ ਬਸੇਦ ਕਰ ਸਕਦਾ ਆਪਣੀ ਜ਼ਮੀਨ ਦੀ ਵੀ ਮੈਂ ਕਿਹਨੂੰ ਦੇਣੀ ਆਪਣੇ ਬੱਚਿਆਂ ਨੂੰ ਜੇ ਸਪੋਸ ਕਰ ਲੋ ਤੇ ਤਿੰਨ ਬੱਚੇ ਆ ਦੋ ਲੜਕੀਆਂ ਆ ਠੀਕ ਹੈ ਉੱਥੇ ਬਸੇਦ ਕਰਨੀ ਜ਼ਰੂਰੀ ਹੋ ਜਾਂਦੀ ਹੈ ਵੀ ਜੇ ਨਹੀਂ ਬਸੇਦ ਕਰਦਾ ਤਾਂ ਉਹਦੇ ਜਿਹੜੇ ਲੀਗਲ ਬਾ ਤਿੰਨ ਦੋ ਕੁੜੀਆਂ ਹੋ ਗਿਆ ਤਿੰਨ ਮੁੰਡੇ ਪੰਜਾਂ ਨੂੰ ਚੱਲ ਜਾਣੀਆਂ ਹਾਂਜੀ ਠੀਕ ਹੈ ਨਾ ਅਗਲਾ ਕੁੜੀਆਂ ਨੂੰ ਨਹੀਂ ਦੇਣਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਦੇਣਾ ਚਾਹੁੰਦਾ ਹਾਂਜੀ ਤੇ ਉਹ ਫੇ ਉਹਦੀ ਮਰਜ਼ੀ ਆ ਉਹ ਬਸੇਦ ਜਿਹੜੀ ਐ ਤਹਿਸੀਲੇ ਜਾ ਕੇ ਨੰਬਰਦਾਰ ਨਾਲ ਜਾ ਕੇ ਉਹ ਰਜਿਸਟਰਡ ਬਸੀ ਜਿਹੜਾ ਕਰ ਸਕਦਾ ਜੀ ਨੂੰ ਵੀ ਦੇਣੀ ਹੈ ਠੀਕ ਹੈ ਜੀ ਉਹ ਬਸੀ ਜਿਹੜੀ ਹੈਗੀ ਆ ਮਾਲ ਉਹਦੇ ਜਿੰਨਾ ਚਿਰ ਉਹ ਜੀਦਾ ਹੈ ਉਹ ਦੀ ਮਾਲਕੀ ਉਹ ਦੀ ਰਹਿਣੀ ਹੈ ਮਾਲਕੀ ਉਹ ਦੀ ਰਹਿਣੀ ਹੈ ਕਈ ਵਾਰੀ ਸਾਡੇ ਕਿਸਾਨ ਵੀਰ ਜਾਂ ਮਾਲਕ ਡਰ ਜਾਂਦੇ ਵੀ ਮੈਂ ਬਸੀਦ ਕਰਤੀ ਯਾਰ ਪਤਾ ਨਹੀਂ ਕਿੱਦਾਂ ਹੋਣੀ ਹੈ ਜਾਂ ਉਹਨਾਂ ਨੂੰ ਆਪਣੇ ਵਹਿਮ ਖਾ ਜਾਂਦਾ ਵੀ ਮੇਰੀ ਉਮਰ ਤੋਂ ਬਾਫਟਰ ਕਰੂਗੇ ਕਿ ਨਹੀਂ ਕਰੂਗੇ ਵੀ ਕਰੂਗੇ ਕਿ ਨਹੀਂ ਉਹ ਕਰੂਗੀ ਹਾਂਜੀ ਹਾਂਜੀ ਉਹ ਜਿੰਨਾ ਚਿਰ ਜਿੰਦਾ ਮਾਲਕੀ ਉਹਦੀ ਰਹਿਣੀ ਹੈ ਠੀਕ ਹੈ ਜੀ ਫਿਰ ਉਹਦਾ ਮਨ ਚਾਹੇ ਜੇ ਉਹਨੇ ਬਸੀਤ ਕਰ ਵੀ ਦਿੱਤੀ ਤਾਂ ਉਹ ਉਸ ਬਸੀਤ ਨੂੰ ਆਪਣੇ ਜੀਂਦੇ ਜੀ ਤੜਾ ਵੀ ਸਕਦਾ ਪਰ ਮੈਂ ਇਹਨੂੰ ਨਹੀਂ ਇਹਨੂੰ ਕਰਨੀ ਠੀਕ ਹੈ ਜੀ ਇਹਦਾ ਬਸੀਤ ਤੜਾ ਵੀ ਸਕਦਾ ਆਪਣੀ ਮਰਜ਼ੀ ਨਾਲ ਜਿਹੜੀ ਬਸੀਤ ਲਾਸਟ ਹੈ ਰਜਿਸਟਰਡ ਉਹ ਫੇਰ ਮੰਨੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਜੀ ਸੋ ਇਹਦੇ ਵਿੱਚ ਪਰ ਉਹ ਜਿਹੜੀ ਬਸੀਤ ਆ ਆਫਟਰ ਡੈਥ ਮੌਤ ਤੋਂ ਬਾਅਦ ਹੀ ਫੇਰ ਉਹਦਾ ਜਿਹੜਾ ਬਰਾਸਦੰਦ ਗੱਲ ਚ ਇਹਦੇ ਵਿੱਚ ਇੱਕ ਹੋਰ ਆਪ ਜੀ ਨਾਲ ਜਾਣਕਾਰੀ ਵਿੱਚ ਵਾਧਾ ਪਾਇਓਗੇ ਜਿੱਦਾਂ ਜਿੱਦਾਂ ਕਹਿੰਦੇ ਨੇ ਨਾ ਜ਼ਮੀਨ ਮੁੰਡਿਆਂ ਨੂੰ ਦੇਣੀ ਆ ਉਹਦੇ ਵਿੱਚ ਮਤਲਬ ਕਿ ਜਿਹੜਾ ਇੰਡੀਆ ਦਾ ਸੰਵਿਧਾਨ ਆ ਉਹਦੇ ਵਿੱਚ ਕੁੜੀਆਂ ਵੀ ਬਰਾਬਰ ਹੱਕਦਾਰ ਆ ਜੀ ਹਾਂ ਬਰਾਬਰ 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 ਹਾਂਜੀ ਹਾਂਜੀ ਠੀਕ ਹੈ ਜੀ ਕੁੜੀਆਂ ਵੀ ਬਰਾਬਰ ਹੈਗੀਆਂ ਪਰ ਠੀਕ ਹੈ ਜਦੋਂ ਬਸੀਸ ਰਜਿਸਟਰਡ ਹੋ ਜਾਂਦੀ ਹੈ ਉਹ ਵੈਲਿਡ ਮੰਨੀ ਜਾਂਦੀ ਹੈ ਠੀਕ ਆ ਠੀਕ ਆ ਜੇ ਕੁੜੀਆਂ ਨੂੰ ਜ਼ਮੀਨ ਚਾਹੀਦੀ ਹੈ ਠੀਕ ਆ ਉਹ ਕੋਰਟ ਚ ਆਪਣਾ ਚੈਲੇਂਜ ਵੀ ਕਰ ਸਕਦੀਆਂ ਹਨ ਠੀਕ ਹੈ ਉਹ ਫਿਰ ਅਦਾਲਤ ਨੇ ਦੇਖਣਾ ਵੀ ਉਹਨਾਂ ਦਾ ਰਾਈਟ ਬਣਦਾ ਕਿ ਨਹੀਂ ਬਣਦਾ ਕਿਦਾਂ ਹੀ ਹੋਏਗਾ ਉਹ ਗਵਾਹਾਂ ਦੇ ਸਰਤੇ ਹੁੰਦਾ ਗਵਾਹਾਂ ਦੇ ਸਰਤੇ ਹੁੰਦਾ ਹਾਂ ਠੀਕ ਆ ਜੀ ਸੋ ਆਪ ਜੀ ਦਾ ਬਹੁਤ ਬਹੁਤ ਸਰ ਜੀ ਧੰਨਵਾਦ ਹਾਂ ਜੀ ਸੋ ਆਪ ਜੀ ਨੇ ਵਧੀਆ ਟਾਈਮ ਕੱਢਿਆ ਤੇ ਨਹੀਂ ਨਹੀਂ ਵੀ ਤਸੀਲੇ ਜਾਣਾ ਪਹਿਲਾਂ ਤਾਂ ਜ਼ਰੂਰੀ ਆ ਵੀ ਵਸੀਦ ਕਰਨੀ ਚਾਹੀਦੀ ਆ ਆਮ ਲੋਕੀ ਜਿਹੜੇ ਨਹੀਂ ਕਰਦੇ ਵਸੀਦ ਕਿਉਂਕਿ ਬਾਅਦ ਚ ਝਗੜੇ ਪੈਂਦੇ ਆ ਨਿਆਣਿਆਂ ਦੇ ਹਾਂਜੀ ਪਹਿਲਾਂ ਕਰ ਦੇਣਾ ਚਾਹੀਦਾ ਮੇਰੇ ਸਾਹਮਣੇ ਤਸਦੀਕ ਜ਼ਰੂਰੀ ਕਰ ਦੇਣੀ ਚਾਹੀਦੀ ਜੋ ਵੀ ਉਹਦੀ ਇੱਛਾ ਹੈਗੀ ਆ ਉਹ ਕਰ ਦੇਣੀ ਚਾਹੀਦੀ ਹੈਗੀ ਆ ਨਹੀਂ ਤਸੀਲੇ ਜਾਣਾ ਘਰਾਂ ਚ ਵੀ ਲਿਖ ਹੋ ਜਾਂਦੀ ਉਹਨੂੰ ਖਾਨਗੀ ਬਸੀਤ ਕਹੇ ਜਾਂਦੇ ਕਰ ਦਿੰਦੇ ਆ ਦੋ ਗਵਾਹ ਪਾ ਕੇ ਲੰਬੜ ਦਾ ਉਹ ਵੀ ਲਿਖ ਕੇ ਤੁਸੀਂ ਦੇ ਸਕਦੇ ਆ ਪਰ ਉਹਦੇ ਫਿਰ ਜੋ ਜਦੋਂ ਵਿਰਾਸਤ ਦਾ ਇੰਤਕਾਲ ਉਹਦਾ ਚੜਨਾ ਮਰਨ ਤੋਂ ਬਾਅਦ ਉਹ ਜੇ ਉਹਦੀਆਂ ਲੜਕੀਆਂ ਆ ਜੋ ਵੀ ਹੈ ਉਹਨਾਂ ਦੇ ਬਿਆਨ ਹਰ ਦਰਜ ਹੋਣੇ ਆ ਕਿ ਤੁਸੀਂ ਇਸ ਬਸੀਤ ਨਾਲ ਸਹਿਮਤ ਹੈ ਤੁਸੀਂ ਜੋ ਜਿਨ੍ਹਾਂ ਨਾਲ ਤੁਹਾਡੇ ਪਿਤਾ ਜੀ ਨੇ ਵਸੀਤ ਕੀਤੀ ਹੈਗੀ ਹੈ ਤੁਸੀਂ ਸਹਿਮਤ ਹੈ ਅਸੀਂ ਇਹਨਾਂ ਨਾਲ ਜ਼ਮੀਨ ਲਾ ਲਈਏ ਉਹ ਕੁੜੀਆਂ ਦੀ ਸਹਿਮਤੀ ਜਿਹੜੀ ਹੈ ਜਾਂ ਜਿਹੜੇ ਵਾਰਸ ਛੱਡਣੇ ਆ ਹਾਂਜੀ ਜਿਹਦੇ ਨਾਲ ਵਸੀਤ ਹੋਣੀ ਉਹ ਤਾਂ ਠੀਕ ਹੈ ਠੀਕ ਹੈ ਜਿਹੜੇ ਵਾਰਸ ਉਹਦੇ ਛੱਡਣੇ ਹੈਗੇ ਆ ਉਹਨਾਂ ਦੇ ਬਿਆਨ ਜਿਹੜੇ ਰਿਸਟਰਡ ਹੋਣੇ ਨੇ ਜੀ ਤਹਿਸੀਲਦਾਰ ਨੇ ਬਿਆਨ ਲੈਣੇ ਤਹਿਸੀਲਦਾਰ ਹਾਂ ਉਹਨੇ ਬਿਆਨ ਲੈਣਿਆ ਵੀ ਤੁਸੀਂ ਸਹਿਮਤ ਹੈ ਸੇ ਵਸੀਤ ਨਾਲ ਉਹ ਨਹੀਂ ਕਹਤਾ ਹਾਂ ਅਸੀਂ ਸਹਿਮਤ ਹੈ ਹਾਂਜੀ ਫਿਰ ਉਹ ਫਾਈਨਲ ਹੋ ਜਾਂਦਾ ਠੀਕ ਠੀਕ ਹੈ ਅਗਰ ਉਹ ਮੁੱਕਰਦੇ ਆ ਫਿਰ ਉਹ ਵਸੀਤ ਜਿਹੜਾ ਹੈ ਉਹਦੇ ਮੁਤਾਬਕ ਸਾਰਿਆਂ ਦਾ ਵੀ ਇੰਤਕਾਲ ਹੋ ਸਕਦਾ ਠੀਕ ਹੈ ਬਸੀਦ ਜਣੀ ਟੁੱਟ ਵੀ ਸਕਦੀ ਹੈ ਠੀਕ ਹੈ ਹਾਂ ਸੋ ਸਰ ਜਿੱਦਾਂ ਆਪ ਜੀ ਨੇ ਦੱਸਿਆ ਆ ਕਿ ਜਿਹੜੀ ਮਤਲਬ ਕਿ ਜਿਹਦੇ ਮੇਨ ਜਿੱਦਾਂ ਕਿ ਇਹ ਜਿਨ੍ਹਾਂ ਨੇ ਜ਼ਮੀਨ ਵਸੀਦ ਜਿਹਦਾ ਕਰਾਣੀ ਆ ਆਪਣੇ ਨਿਆਣੇ ਦੇ ਨਾਲਗਾ ਸੋ ਜਿੱਦਾਂ ਉਹਨਾਂ ਦੇ ਜਿੱਦਾਂ ਹੁਣ ਫੈਮਿਲੀ ਜਿੱਦਾਂ ਉਹਦੇ ਦੋ ਨਿਆਣੇ ਆ ਜਿੱਦਾਂ ਬਟ ਉਹ ਸੋਚਦਾ ਪੈ ਗਿਆ ਮੈਂ ਇੱਕ ਨੂੰ ਹੀ ਦੇਵਾਂ ਤੇ ਉਹਦੇ ਨਾਂ ਤੇ ਵਸੀਅਤ ਉਹ ਕਰ ਦੂਗੇ ਤਾਂ ਜਿਹੜਾ ਉਹਦੇ ਫੇਰ ਨਾਲ ਦਾ ਜਿਹਦਾ ਭਰਾ ਆ ਜਾਂ ਭੈਣ ਆ ਤੇ ਉਹ ਫਿਰ ਕਹੂਗੇ ਕਿ ਸਾਨੂੰ ਦਿੱਤਾ ਨਹੀਂ ਹੈਗਾ ਉਹ ਚ ਫੇਰ ਕੀ ਕਰ ਸਕਦੇ ਹੋ ਕੇਸ ਕਰ ਸਕਦੇ ਆ ਕਿ ਕੀ ਆਓ ਦੇਖੋ ਜੇ ਰਜਿਸਟਰਡ ਬਸੀਦ ਵੀ ਕੀਤੀ ਹੈ ਨਾ ਉਹਦੇ ਮੁਤਾਬਕ ਜੇ ਦੋ ਅਗਲੇ ਦੋ ਮੁੰਡੇ ਅਗਲੇ ਦੇ ਇੱਕ ਨਾ ਕਰਗੇ ਦੇਖੋ ਇੰਤਕ ਦਾ ਜੂ ਪਟਵਾਰੀ ਕੋ ਦਰਜ ਹੋਣਾ ਬਸੀਦ ਦੇ ਮੁਤਾਬਕ ਹਾਂਜੀ ਉਹ ਜਿਹੜਾ ਬਾਅਦ ਛੱਡਿਆ ਹੈਗਾ ਉਹ ਚੈਲੰਜ ਕਰ ਸਕਦਾ ਕੋਰਟ ਵਿੱਚ ਚੈਲੰਜ ਕਰ ਸਕਦਾ ਬਿਲਕੁਲ ਕਰ ਸਕਦਾ ਅਪੀਲ ਦੇ ਲਈ ਆਪਣੇ ਤਹਿਸੀਲਦਾਰ ਕੋ ਵੀ ਕਰ ਸਕਦਾ ਐਸਡੀਐਮ ਕੋ ਵੀ ਕਰ ਸਕਦਾ ਕੋਰਟ ਵੀ ਕਰ ਸਕਦਾ ਚੈਲੰਜ ਜਰੂ ਕਰ ਸਕਦਾ ਉਹ ਫੇਰ ਅਦਾਲਤ ਨੇ ਦੇਖਣਾ ਵੀ ਇਹਦਾ ਰਾਈਟ ਬਣਦਾ ਕਿ ਨਹੀਂ ਬਣਦਾ ਠੀਕ ਹੈ ਇਦਾਂ ਹੀ ਖਾਨਗੀ ਬਸੀਦਾ ਉਹਦੇ ਵਿੱਚ ਉਹ ਜਿਹੜੇ ਛੱਡੇ ਗਏ ਬਾਰਸ ਉਹਨਾਂ ਤੋਂ ਉਹਨਾਂ ਤੋਂ ਬਿਆਨ ਲੈਣੇ ਨਹੀਂ ਸਹਿਬਤ ਕਿ ਸਾਰੇ ਨਾ ਹੋ ਜਾਣੀ ਅੱਛਾ ਜੀ ਹਾਂ ਇਹ ਮਤਲਬ ਇਦਾਂ ਨਹੀਂ ਹੈਗਾ ਕਿ ਜਿਹੜੀ ਜੱਦੀ ਜ਼ਮੀਨ ਆਂਦੀ ਆ ਉਹ ਮਤਲਬ ਕਿ ਆਲਰੇਡੀ ਸਾਰਿਆਂ ਨੂੰ ਡਿਵਾਈਡ ਹੋ ਜਾਣੀ ਜਿਹੜੀ ਨਕਸ਼ੇ ਦੇ ਅੰਦਰ ਸੇ ਇਦਾਂ ਨਹੀਂ ਹੈਗੀ ਹਾਂ ਉਹ ਦੇਖੋ ਜਦੋਂ ਇਹਦਾ ਚੈਲੰਜ ਕੋਈ ਕਰਦਾ ਵੀ ਮੇਰਾ ਵੀ ਹੱਕ ਮੰਨਦਾ ਉਹ ਇੱਕ ਤਰ੍ਹਾਂ ਦਾ ਇਹ ਝਗੜੇ ਵਾਲਾ ਇੰਤਕਾਲ ਬਣ ਜਾਂਦਾ ਉਹਨੂੰ ਫਿਰ ਮਾਨਜੋਗ ਐਸ ਡੀ ਐਮ ਤੇ ਚੱਲ ਜਾਂਦਾ ਇੰਤਕਾਲ ਉਹ ਉਹਨੂੰ ਫਿਰ ਤਹਿਸੀਲਦਾਰ ਸਾਹਿਬ ਨਹੀਂ ਕਰਦੇ ਉਹ ਫਿਰ ਐਸ ਡੀ ਐਮ ਸਾਹਿਬ ਕੋ ਭੇਜ ਦਿੰਦੇ ਆ ਫਿਰ ਉਹਨਾਂ ਨੇ ਸੁਣਾਈ ਕਰਨੀ ਆ ਉਹ ਕਿੱਦਾਂ ਸੁਣਾਈ ਕਰਦੇ ਆ ਉਹ 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 ਉਹਨਾਂ ਨੇ ਆਪਣੇ ਅਦਾਲਤ ਨੇ ਦੇਖਣਾ ਇਹ ਦੋਵਾਂ ਦੇ ਨਾਮ ਕਰਨਾ ਜਾਂ ਜੋ ਵਸੀਤ ਹੋਈ ਹੈ ਉਹਦੇ ਨੇ ਰੱਖਣੀ ਹੈਗੀ ਉਹ ਅਦਾਲਤ ਨੇ ਦੇਖਣਾ ਗਾਹਾਂ ਅਪੀਲ ਕਰ ਸਕਦਾ ਅਗਲਾ ਬੰਦਾ ਠੀਕ ਹੈ ਜੀ ਠੀਕ ਹੈ ਇਹਦੇ ਚ ਕੋਈ ਉਹਦਾ ਰਾਈਟ ਅਗਲਾ ਕਹਿੰਦਾ ਮੇਰਾ ਰਾਈਟ ਬਣਦਾ ਠੀਕ ਹੈ ਜੀ ਇਹ ਆਪਣਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਇੰਨੀ ਜਾਣਕਾਰੀ ਦਿੱਤੀ ਸਾਡੇ ਸਰੋਤਿਆਂ ਨੂੰ ਤੇ ਸਾਡੀ ਵੀ ਜਾਣਕਾਰੀ ਚ ਵਾਧਾ ਪਾਇਆ ਸੋ ਉਮੀਦ ਹੈ ਆਪ ਜੀ ਨੈਕਸਟ ਟਾਈਮ ਵੀ ਛੋੜੇ ਜਿਹੇ ਸੱਦੇ ਦੇ ਜਦਾ ਇਸ ਵਾਰ ਆਇਆ ਨੈਕਸਟ ਟਾਈਮ ਵੀ ਅਮੀਦਾ ਆਵਾਂਗੇ ਆਪ ਜੀ ਸੋ ਇਸ ਵਾਰ ਦੇ ਵੀਡੀਓ ਦੇ ਆਪਾਂ ਇੱਥੇ ਸਮਾਪਤੀ ਕਰਦੇ ਆਂ ਤੇ ਆਪ ਜੀ ਦੇ ਜੇ ਕੋਈ ਕੁਐਸਚਨ ਵਗੈਰਾ ਕੋਈ ਹੋਵੇ ਤੇ ਤੁਸੀਂ ਆਪਾਂ ਉਹਦੇ ਵਿੱਚ ਕੁਐਸਚਨ ਕਮੈਂਟ ਵਿੱਚ ਜਾ ਕੇ ਦੱਸਿਓ ਤੇ ਆਪ ਜੀ ਦੇ ਉਹ ਕੁਐਸਚਨਾਂ ਦਾ ਜਵਾਬ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਹੀ ਲੈ ਕੇ ਆਵਾਂਗੇ ਆਪਣੇ ਸਰ ਉਹਨਾਂ ਨੂੰ ਫਿਰ ਆਪਾਂ ਇਨਵਾਈਟ ਕਰਾਂਗੇ ਦੁਬਾਰਾ ਫਿਰ ਆਪਣੇ ਸਟੂਡੀਓ ਦੇ ਵਿੱਚ ਸੋ ਅੱਜ ਦੇ ਲਈ ਐਨਆਈ ਮਿਲਦੇ ਆਪ ਜੀ ਦੇ ਨਾਲ ਮੇਰੀ ਨੈਕਸਟ ਵੀਡੀਓ ਦੇ ਵਿੱਚ ਸੋ ਵੀਡੀਓ ਜੇ ਆਪ ਜੀ ਨੂੰ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਦਾ ਨਾਮ ਆਪ ਜੀ ਨੂੰ ਪਤਾ ਹੀ ਆਲਰੇਡੀ ਦੀਪਾ ਵੀਦ ਵਾਲਾ ਮਿਲਦੇ ਆ ਜੀ ਆਪ ਜੀ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ